हाँ जी दोस्तों सानू प्यार भरी सत श्रीकाल। मैं डॉक्टर निर्मल सिंह पथराला आप जी का स्वागत करदा पंजाब दे पुत चैनल ते। अज अपने चैनल दी टीम पहुंची है मेरे खुद दे पिंड पिंड पथराला। पिंड पथराला वासियां ने एक इकट्ठ रखिया। आप जी नूं पता है कि पंजाब सरकार वल्लों पंचायती चोणां दा ऐलान कर दिता गया। पंचायती चोणां दे ऐलान तों बाद पिंड पथराले दे विच इक सरब सांझा इकट्ठ रखिया गया। इकट्ठ दे विच इक विचार वटांदरा होया ते इक परिवार सामने आया हरवान सिंह जी दा। हरवान सिंह दे परिवार नूं सारे पिंड ने आशीर्वाद दिता ते विचार करके उन्हां नूं सरपंच दा दावेदार बना दिता। अपने नाल मौजूद ने बीबी चरणजीत कौर ते हरवान सिंह जी। बीबी सत श्रीकाल जी। सत श्रीकाल जी। हो जी ठीक ठाक हो? हाँ जी ठीक ठाक। पहले पूरा नाम दसो जी अपना। चरणजीत है जी मेरा नाम, चरणजीत पथराला। बीबी उम्र होनी है थोड़ी 50 साल लगभग? हाँ जी होगी 50 साल। उस टाइम तुसी किन्ना पढ़े हो? पहले तो पढ़ाई तो गल शुरू करिए। 10 पढ़े हैं जी। अच्छा उस टाइम तुसी 10 पढ़े हो? हाँ जी। मान लो सियाने कहंदे आ भी पुराना पढ़ा तो बीए 10वीं पास बीए पास के बराबर है। हाँ जी हाँ जी। बीबी एक गल तुहानू पुछा मैं, तुसी पढ़े लिखे हो योग हो, पिंड ने एक विचार वटांदरा करिया सीगा, विचार वटांदरा करके थोड़े परिवार नूं थोनू चुनिया सरपंच दा दावेदार। हाँ जी। किहो जिहा फील हो रहा, किवें महसूस करदे हो? बहुत अच्छा फील हो रहा जी। ठीक है जी। हाँ जी। ਬੀਬਾ ਜੀ ਇੱਕ ਸਰਪੰਚ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਤੁਸੀਂ ਤਨ ਮਨ ਧਾਨਾ ਨਿਭਾ ਦਿਓਗੇ? ਹਾਂ ਜੀ ਅਸੀਂ ਤਨ ਮਨ ਧਾਨਾ ਪੂਰੀ ਨਿਭਾਵਾਂਗੇ ਜੀ। ਬੀਬਾ ਜੀ ਕਈ ਵਾਰੀ ਦੇਖਿਆ ਵੀ ਸਰਪੰਚ ਬਣ ਕੇ ਲੋਕ ਥੋੜਾ ਜਿਹਾ ਹੋਰ ਉਲਟ ਪੁਲਟ ਚੱਲਦੇ ਹੁੰਦੇ ਆ, ਤੁਸੀਂ ਪਿੰਡ ਦੇ ਵਿੱਚ ਸਰਪੰਚ ਬਣ ਕੇ ਰਹੋਗੇ ਜਾਂ ਸੇਵਾਦਾਰ ਬਣ ਕੇ ਰਹੋਗੇ? ਸੇਵਾਦਾਰ ਬਣ ਕੇ ਰਹਾਂਗੇ ਜੀ। ਬੀਬਾ ਜੀ ਤੁਸੀਂ ਕੈਮਰੇ ਦੇ ਵਿੱਚ ਸ਼ੂਟ ਹੋ ਰਹੇ ਹੋ, ਔਨ ਕੈਮਰਾ ਰਿਕਾਰਡਿੰਗ ਹੋ ਰਹੀ ਹੈ, ਤੁਸੀਂ ਅੱਜ ਵਾਅਦਾ ਕਰਦੇ ਹੋ ਪਿੰਡ ਨਾਲ ਵੀ ਤੁਸੀਂ ਸੇਵਾਦਾਰ ਹੀ ਬਣ ਕੇ ਰਹੋਗੇ? ਹਾਂ ਜੀ ਵਾਅਦਾ ਕਰਦੇ ਹਾਂ ਜੀ, ਸੇਵਾ ਬਣ ਕੇ ਰਹਾਂਗੇ, ਸੇਵਾਦਾਰ ਬਣ ਕੇ। ਠੀਕ ਹੈ ਜੀ। ਬੀਬਾ ਜੀ ਤਾਂ ਸੁਣਿਆ ਪਿੰਡ ਦੇ ਵਿੱਚ ਵੀ ਜੋ ਹਰਬੰਸ ਸਿੰਘ ਮੇਰੇ ਤਾਇਆ ਜੀ ਲੱਗਦੇ ਆ, ਪਿੰਡ ਦੇ ਵਿੱਚ ਸੁਣਿਆ ਬਹੁਤ ਨਰਮ ਇਨਸਾਨ ਹੈ, ਚੰਗੇ ਇਨਸਾਨ ਹੈ, ਤੇ ਜਿਹੜੇ ਫਿਰ ਫੈਸਲੇ ਹੋਣਗੇ ਤੁਸੀਂ ਆਪ ਕਰਿਆ ਕਰੋਗੇ ਕਿ ਤਾਇਆ ਜੀ ਕਰਿਆ ਕਰਨਗੇ? ਅਸੀਂ ਆਪ ਕਰਿਆ ਕਰਾਂਗੇ ਜੀ। ਠੀਕ ਹੈ ਜੀ। ਬੀਬਾ ਜੇ ਕਈ ਵਾਰ ਥਾਣੇ ਕਚਹਿਰੀ ਦਾ ਕੋਈ ਕੰਮ ਬਾਤ ਕੰਮ ਹੋ ਜਾਂਦਾ ਫਿਰ ਉੱਥੇ ਕਿਵੇਂ ਕਰੋਗੇ ਤੁਸੀਂ? ਆਪ ਹੀ ਪਿੰਡ 'ਚ ਹੀ ਕਰ ਲਿਆ ਕਰਾਂਗੇ ਜੀ ਆਪਣੇ। ਥਾਣੇ ਕਚਹਿਰੀ 'ਚ ਤੁਸੀਂ ਜਾਣ ਨਹੀਂ? ਥਾਣੇ ਕਚਹਿਰੀ 'ਚ ਜਾਣ ਨਹੀਂ ਦਿੰਦੇ ਜੀ। ਪਹਿਲਾ ਨੰਬਰ ਤਾਂ ਕੋਈ ਰੌਲਾ ਹੋਣਾ ਹੀ ਦਿੰਦੇ ਜੇ ਹੋ ਗਿਆ ਕੋਈ ਤਾਂ ਤੁਸੀਂ ਰੌਲਾ ਹੋਣਾ ਹੀ ਦਿੰਦੇ ਜੀ। ਮੰਨ ਲਓ ਵੀ ਕਿਤੇ ਸਾਂਝੇ ਦਾ ਬੈਠ ਕੇ ਉੱਥੇ ਨਹੀਂ ਮਿਲਿਆ ਕਰੋਗੇ ਥਾਣੇ ਕਚਹਿਰੀ 'ਚ? ਸਾਂਝੇ ਥਾਂ ਜੀ। ਹਾਂ ਜੀ। ਬੀਬਾ ਜੀ ਪਿੰਡ ਵਾਲਿਆਂ ਦੀ ਮੰਗ ਹੈ, ਪਿੰਡ ਵਾਲੇ ਜਿਵੇਂ ਉਧਰਲਾ ਵਾਟਰ ਬਾਕਸ ਆ ਗੁਰੂ ਘਰ ਦੇ ਕੋਲ ਹੈ, ਬਹੁਤ ਤੰਗ ਆ ਵਾਟਰ ਬਾਕਸ ਵਾਲੇ, ਹੋ ਬਹੁਤ ਗੰਦਾ ਪਾਣੀ ਪੀ ਰਹੇ ਆ, ਡਾਇਰੈਕਟ ਪਾਣੀ ਸਿੱਧਾ ਆ ਰਿਹਾ। ਹਾਂ ਜੀ ਹਾਂ ਜੀ। ਡੱਗੀਆਂ ਦਾ ਬਹੁਤ ਬੁਰਾ ਹਾਲ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਇਹਦੇ ਬਾਰੇ ਸਾਡਾ ਆਹੀ ਵਿਚਾਰ ਹੈ ਜੀ, ਅਸੀਂ ਬਹੁਤ ਵਧੀਆ ਬਣਾਵਾਂਗੇ ਉਹਨੂੰ, ਵਧੀਆ ਢੰਗ ਨਾਲ ਬਣਾਵਾਂਗੇ, ਸਾਰਿਆਂ ਘਰ ਜਿਹੜੇ ਘਰ ਘਰ ਪਾਣੀ ਮੰਗ ਪਾਣੀ ਦੀ ਮੰਗ ਆ, ਸਾਰੇ ਘਰ ਘਰ ਪਾਣੀ ਪਹੁੰਚਾਵਾਂਗੇ ਅਸੀਂ ਜੀ, ਅੱਛਾ ਪਾਣੀ ਪਹੁੰਚਾਵਾਂਗੇ। ਬੀਬਾ ਜੀ ਇੱਕ ਪਿੰਡ ਨੇ ਮੰਗ ਰੱਖੀ ਸੀ, ਨੌਜਵਾਨਾਂ ਨੇ ਸਪੈਸ਼ਲ ਮੰਗ ਹੈ ਵੀ ਉਹਨਾਂ ਨੂੰ ਇੱਕ ਖੇਡ ਗਰਾਊਂਡ ਚਾਹੀਦਾ, ਤੁਸੀਂ ਫਿਰ ਖੇਡ ਗਰਾਊਂਡ ਕੱਟ ਕੇ ਦਿਓਗੇ ਪਹਿਲ ਜਦੋਂ ਸਰਪੰਚ ਬਣ ਗਏ? ਪਹਿਲੀ ਤੁਹਾਡੀ ਇਹੀ ਹੋਊਗੀ? ਹਾਂ ਜੀ ਪਹਿਲ ਸਾਡੀ ਇਹੀ ਹੋਊਗੀ ਜੀ, ਇਹੀ ਮਤਾ ਪਾਵਾਂਗੇ ਅਸੀਂ ਵੀ ਪਹਿਲਾਂ ਗਰਾਊਂਡ ਦਾ ਮਤਾ ਪਾਓ। ਹਾਂ ਜੀ ਪਹਿਲਾਂ ਗਰਾਊਂਡ ਦਾ ਮਤਾ ਪਾਵਾਂਗੇ। ਬੀਬਾ ਜੀ ਵਾਅਦੇ ਕਰ ਰਹੇ ਹੋ, ਵਾਅਦੇ ਦੇ ਪੂਰਾ ਉਤਰਨਾ ਪਊਗਾ ਤੁਹਾਨੂੰ ਤੁਸੀਂ? ਹਾਂ ਜੀ ਪੂਰੇ ਉਤਰਾਂਗੇ ਜੀ। ਠੀਕ ਹੈ ਜੀ। ਬੀਬਾ ਜਿਵੇਂ ਪਿੰਡ ਦੇ ਵਿੱਚ ਦੇਖਿਆ ਵੀ ਲੋਕ ਕਹਿੰਦੇ ਵੀ ਇੱਧਰਲਾ ਪਾਸਾ ਉੱਧਰਲਾ ਪਾਸਾ, ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਸਾਰੇ ਪਿੰਡ ਨੂੰ ਇੱਕ ਬਣਾ ਕੇ ਚੱਲੋਗੇ? ਅਸੀਂ ਤਾਂ ਇੱਕ ਬਣਾ ਕੇ ਚੱਲਾਂਗੇ ਜੀ ਸਾਰੇ ਪਿੰਡ ਨੂੰ। ਠੀਕ ਹੈ ਜੀ, ਧੰਨਵਾਦ ਜੀ, ਮਿਹਰਬਾਨੀ। ਹੁਣ ਆਪਣੇ ਨਾਲ ਸਰਪੰਚ ਸਾਹਿਬ ਨੇ ਜਿਹੜੇ ਜੋ ਉਮੀਦਵਾਰ ਨੇ ਬੀਬੀ ਚਰਨਜੀਤ ਕੌਰ, ਉਹਨਾਂ ਦੇ ਪਤੀ ਸਰਦਾਰ ਹਰਬੰਸ ਸਿੰਘ ਜੀ ਹਨ, ਆਪਣਾ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਹਾਲ ਹੈ ਜੀ? ਠੀਕ ਠਾਕ ਹੋ? ਠੀਕ ਹੈ ਜੀ ਭਾਜੀ। ਪਿੰਡ ਨੇ ਬਹੁਤ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਿਹਾ ਜੀ ਪਿੰਡ ਪਥਰਾਲਾ, ਤੁਹਾਨੂੰ ਬਹੁਤ ਵੱਡਾ ਪਿੰਡ ਹੈ, ਚੰਗੀ ਵੋਟ ਹੈ, ਜ਼ਿਆਦਾ ਵੋਟ ਹੈ, ਸਾਰੇ ਪਿੰਡ ਨੇ ਇੱਕ ਵਿਚਾਰ ਵਟਾਂਦਰਾ ਕਰਕੇ ਤੁਹਾਨੂੰ ਸਰਪੰਚ ਦਾ ਦਾਅਵੇਦਾਰ ਬਣਾਇਆ। ਕਿਵੇਂ ਜਿਹਾ ਲੱਗਦਾ ਤੁਹਾਨੂੰ, ਮਹਿਸੂਸ ਕਿਵੇਂ ਹੋ ਰਿਹਾ? ਬਹੁਤ ਵਧੀਆ। ਇੱਕ ਟੈਂਸ਼ਨ ਹੁੰਦੀ ਹੈ, ਇੱਕ ਮੰਨ ਕੇ ਚੱਲੋ ਵੀ ਚਾਹ ਹੁੰਦਾ, ਤੁਹਾਨੂੰ ਚਾਹ ਕੇ ਟੈਂਸ਼ਨ ਹੈ? ਸਾਨੂੰ ਚਾਹ ਜੀ। ਚਾਹ ਪਿੰਡ ਦੇ ਵਿੱਚ ਸੇਵਾਦਾਰ ਬਣ ਕੇ ਰਹੋਗੇ ਸਰਪੰਚ ਬਣ ਕੇ ਰਹੋਗੇ? ਸੇਵਾਦਾਰ ਹੀ ਬਣ ਕੇ। ਇਹ ਤੁਸੀਂ ਔਨ ਰਿਕਾਰਡਿੰਗ ਬੋਲ ਰਹੇ ਹੋ ਵੀ ਅਸੀਂ ਸੇਵਾਦਾਰ ਬਣ ਕੇ ਰਵਾਂਗੇ, ਇਹ ਵਾਅਦਾ ਤੁਹਾਡਾ? ਪੱਕਾ? ਪੱਕਾ ਵਾਅਦਾ। ਮੈਂ ਸੁਣਿਆ ਇੱਕ ਗੱਲ ਹੋਰ ਪੁੱਛਾ ਰਵਾਂ ਸਿੰਘ ਜੀ, ਜਦੋਂ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੋਊਗਾ, ਪਿੰਡ ਦੇ ਵਿੱਚ ਸੁਣਿਆ ਵੀ ਤੁਸੀਂ ਬਹੁਤ ਨਰਮ ਇਨਸਾਨ ਹੋ, ਇਹ ਗੱਲ ਸੱਚੀ ਹੈ? ਸੱਚੀ ਹੈ। ਇੱਕ ਬੇਦਾਗ ਚਿਹਰਾ ਪਿੰਡ ਵਾਲਿਆਂ ਨੇ ਦੱਸਿਆ, ਬੇਦਾਗ ਚਿਹਰਾ ਹੈਗਾ, ਠੀਕ ਹੈ, ਕਿਸੇ ਕਿਸਮ ਦਾ ਅੱਜ ਤੱਕ ਕਿਸੇ ਨੂੰ 19 ਗੱਲ ਚਾਹ ਤੂੰ ਤੂੰ ਮੈਂ ਨਹੀਂ ਹੋਈ, ਇਹ ਗੱਲ ਸੱਚੀ ਹੈ? ਕੋਈ ਦਾਗ ਨਹੀਂ ਜੀ, ਕੋਈ 19 ਨਹੀਂ ਹੋਈ ਕਿਸੇ ਨਾਲ ਜੀ। ਜੀ ਮੈਂ ਸੁਣਿਆ ਜੀ ਤੁਸੀਂ ਪਿੰਡ ਦੇ ਵਿੱਚੋਂ ਪਤਾ ਲੱਗਾ ਵੀ ਇੱਕ ਰੱਜਾ ਪੁੱਜਾ ਇਨਸਾਨ ਹੈ, ਮੁੰਡੇ ਮੁਲਾਜ਼ਮਾਂ ਦੋਨੇ ਘਰ ਬਾਰ ਹੈ, ਗੱਡੀਆਂ ਸਾਰਾ ਕੁਛ ਸਹੀ ਹੈ, ਮੰਨ ਕੇ ਚਲੋ ਫਿਰ ਤਾਂ ਤੁਹਾਨੂੰ ਇੱਕ ਕੰਮ ਤੇ ਹੋਗਾ ਦੋਨੇ ਜੀ, ਤੁਸੀਂ ਵੀ ਕੱਲੇ ਪਿੰਡ ਦੀ ਸੇਵਾ ਕਰਤੀ ਹੋ ਜੀ? ਹਾਂਜੀ ਸੇਵਾ ਕਰਨੀ। ਹੋਰ ਘਰੋਂ ਪਰਿਵਾਰ ਘਰ ਕਰੂੰਗਾ ਸੈਟਾਂ ਸਰ ਬਣੀਆਂ ਸੈਟਾਂ ਜੀ। ਠੀਕ ਹੈ ਜੀ, ਪਰਮਾਤਮਾ ਦਾ ਸ਼ੁਕਰ ਯਾਰ ਕਰਦੇ ਹਾਂ, ਸ਼ੁਕਰ ਗੁਜ਼ਾਰ। ਠੀਕ ਹੈ ਜੀ, ਪਿੰਡ ਨੂੰ ਫਿਰ ਸਭ ਨੂੰ ਇੱਕ ਇਕੱਠਾ ਲੈ ਕੇ ਚੱਲੂਗੀ ਜੀ ਜਦੋਂ ਸਰਪੰਚ ਬਣ ਗਈ? ਇਕੱਠਾ ਕਰਕੇ ਸਾਰਾ ਜੀ। ਇਹ ਸੀ ਆਪਣੇ ਪਿੰਡ ਪਥਰਾਲਾ ਤੋਂ ਸਰਪੰਚ ਦੇ ਦਾਅਵੇਦਾਰ ਜੋ ਬੀਬਾ ਚਰਨਜੀਤ ਕੌਰ ਨੇ, ਬੀਬਾ ਚਰਨਜੀਤ ਕੌਰ ਨਾਲ ਗੱਲਬਾਤ ਕੀਤੀ ਆਪਾਂ, ਉਹਨਾਂ ਦੇ ਪਤੀ ਸਰਦਾਰ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਆ, ਹੁਣ ਉਹਨਾਂ ਦੇ ਨਾਲ ਪਿੰਡ ਵਾਸੀ ਮੌਜੂਦ ਨੇ, ਆਪਾਂ ਗੱਲਬਾਤ ਕਰਦੇ ਪਿੰਡ ਵਾਸੀਆਂ ਨਾਲ ਵੀ ਬੀਬੀ ਚਰਨਜੀਤ ਕੌਰ ਦਾ ਤੇ ਹਰਬੰਸ ਸਿੰਘ ਜੀ ਦਾ ਕਿਹੋ ਜਿਹਾ ਸੁਭਾਅ ਤੇ ਕਿਉਂ ਉਹਨਾਂ ਨੂੰ ਸਰਪੰਚ ਦਾ ਦਾਅਵੇਦਾਰ ਬਣਾਇਆ ਗਿਆ ਸਾਰੇ ਪਿੰਡ ਨੇ?
ਆਜੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਹੋ ਠੀਕ ਠਾਕ ਪੂਰਾ ਨਾਮ ਦੱਸੋ ਜੀ ਕੀ ਹੈ ਜੱਸਾ ਸਿੰਘ ਜੀ ਜੱਸਾ ਸਿੰਘ ਹਾਂਜੀ ਜੱਸਾ ਸਿੰਘ ਜੀ ਬੀਬੀ ਚਰਨਜੀਤ ਕੌਰ ਨੂੰ ਸਰਪੰਚ ਦਾ ਦਾਅਵੇਦਾਰ ਬਣਾਇਆ ਗਿਆ ਕੀ ਖਾਸ ਗੱਲ ਵੇਖੀ ਹੈ ਪਹਿਲਾਂ ਤਾਂ ਇਹ ਗੱਲ ਦੱਸੋ ਪਹਿਲੀ ਗੱਲ ਤਾਂ ਜੀ ਨਰਮ ਬਹੁਤਾ ਪਰਿਵਾਰ ਜੀ ਜੀ ਅੱਜ ਤੱਕ ਕਿਸੇ ਨਾਲ ਲੜਿਆ ਨੀਗਾ ਜੀ ਪਿੰਡ ਦੇ ਵਿੱਚ ਕੋਈ ਬਹੁਤ ਵਧ ਗਿਆ ਜੀ ਪਰਿਵਾਰ ਵੀ ਮੁੰਡੇ ਮੁਲਾਜ਼ਮ ਲੱਗੇ ਆ ਜੀ ਰੱਜੇ ਪੁੱਜੇ ਘਰ ਦੇ ਬੰਦੇ ਆ ਜੀ ਕੋਈ ਇਹਨਾਂ ਨੂੰ ਭੁੱਖ ਨੀ ਕਿਸੇ ਗੱਲ ਦੀ ਠੀਕ ਹੈ ਜੀ ਸੇਵਾਦਾਰ ਬਣ ਕੇ ਇਹ ਆਪਦੀ ਜ਼ਿੰਮੇਵਾਰੀ ਨਿਭਾਉਣਗੇ ਠੀਕ ਹੈ ਧੰਨਵਾਦ ਜੀ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬਾਈ ਠੀਕ ਠਾਕ ਠੀਕ ਠਾਕ ਬਾਈ ਪੂਰਾ ਨਾਮ ਦੱਸੋ ਆਪਣਾ ਮਨਜੀਤ ਸਿੰਘ ਜੀ ਬਾਈ ਜੀ ਤੁਸੀਂ ਇੱਕ ਪਿੰਡ ਨੇ ਵਿਚਾਰ ਵਟਾਂਦਰਾ ਹੋਇਆ ਸੀਗਾ ਬਹੁਤ ਵੱਡਾ ਇਕੱਠ ਸੀ ਜਿਸ ਦਿਨ ਸਰਵਾ ਸਿੰਘ ਜੀ ਨੂੰ ਸਰਪੰਚ ਲਾਣਿਆ ਉਹਨਾਂ ਦੀ ਪਤਨੀ ਨੂੰ ਕਿਵੇਂ ਦੇਖਦੇ ਹੋ ਤੁਹਾਡਾ ਕੀ ਨਜ਼ਰੀਆ ਇਹਨਾਂ ਦੇ ਪਰਿਵਾਰ ਦਾ ਬਹੁਤ ਵਧੀਆ ਨਰਮ ਪਰਿਵਾਰ ਹੈ ਜੀ ਪੜ੍ਹਿਆ ਲਿਖਿਆ ਪਰਿਵਾਰ ਹੈ ਜੀ ਠੀਕ ਹੈ ਕਿਸੇ ਨਾਲ ਕੋਈ ਲੜਾਈ ਝੜਾ ਨਹੀਂ ਜੀ ਸਾਰਾ ਹੀ ਪਿੰਡ ਖੁਸ਼ ਹੈ ਜੀ ਤੁਹਾਨੂੰ ਲੱਗਦਾ ਵੀ ਪਿੰਡ ਦੀ ਜੇ ਸਰਪੰਚੀ ਹੁੰਦੀ ਹੈ ਇੱਕ ਸਰਪੰਚ ਦਾਅਵੇਦਾਰ ਮੰਨ ਲਓ ਸਰਪੰਚ ਬਣ ਜਾਂਦਾ ਤੇ ਉਹ ਬਹੁਤ ਵੱਡਾ ਚਿਹਰਾ ਹੁੰਦਾ ਗਾ ਤੇ ਚੰਗੀ ਤਰ੍ਹਾਂ ਨਵਾ ਦੇਣਗੇ ਹਾਂਜੀ ਹਾਂਜੀ ਖੂਬੀ ਨਵਾ ਦੇਣਗੇ ਹਾਂਜੀ ਕਾਬਲਾ ਜੀ ਕਾਬਲਾ ਜੀ ਹਾਂਜੀ ਕਿਸੇ ਚੀਜ਼ ਦੀ ਭੁੱਖ ਤਾਂ ਨਹੀਂ ਅੱਜ ਪੁੱਛਣ ਸਾਨੂੰ ਮੈਂ ਪਿੰਡ ਦੇ ਵਿੱਚ ਪਤਾ ਕਰਿਆ ਜੀ ਇਹਨਾਂ ਦੇ ਬੱਚੇ ਜੋ ਮੁਲਾਜ਼ਮ ਹੈ ਪਰਿਵਾਰ ਵਾਂਗੂ ਸੈੱਟ ਆ ਦੋਨੇ ਜੀ ਪਿੰਡ ਦੀ ਸੇਵਾ ਵਾਸਤੇ ਹਾਜ਼ਰ ਨੇ ਹਾਂਜੀ ਪੜ੍ਹਿਆ ਲਿਖਿਆ ਪਰਿਵਾਰ ਹੈ ਸਾਰਾ ਠੀਕ ਹੈ ਜੀ ਸਾਰੇ ਬੱਚੇ ਅੱਖੇ ਲੱਗਦੇ ਇਹਨਾਂ ਦੇ ਜੀ ਬਹੁਤ ਵਧੀਆ ਜੀ ਧੰਨਵਾਦ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਠੀਕ ਠਾਕ ਠੀਕ ਠਾਕ ਜੀ ਬੋਲੇ ਭਾਈ ਜੀ ਪਹਿਲਾਂ ਪੂਰਾ ਨਾਮ ਦੱਸੋ ਆਪਣਾ ਕੀ ਨਾਮ ਬਖਤੌਰ ਸਿੰਘ ਹੈ ਜੀ ਠੀਕ ਹੈ ਜੀ ਬਖਤੌਰ ਸਿੰਘ ਜੀ ਬੀਬੀ ਚਰਨਜੀਤ ਕੌਰ ਨੂੰ ਇੱਕ ਪਿੰਡ ਨੇ ਵਿਚਾਰ ਵਟਾਂਦਰਾ ਕਰਕੇ ਸਰਪੰਚ ਲਾਣਿਆ ਪਿੰਡ ਪਥਰਾਲੀ ਦਾ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਨੇਕ ਇਨਸਾਨ ਹੈ ਜੀ ਖੁੱਲੇ ਦਿਲ ਦੇ ਹੈ ਜੀ ਹਰਮਨ ਪਿਆਰੇ ਹੈ ਜੀ ਹਰੇਕ ਨੂੰ ਮਤਲਬ ਪ੍ਰੇਮ ਬਣਾ ਕੇ ਚੱਲਦੇ ਨਗਰ ਦੇ ਜੀ ਕੀ ਹੋਰ ਕੀ ਖਾਸ ਗੱਲ ਵਧੀਆ ਸੀ ਸੁਣਿਆ ਵੀ ਇਹ ਪਰਿਵਾਰ ਬਹੁਤ ਸੈੱਟ ਹੈ ਰੱਜੇ ਪੁੱਜੇ ਇਨਸਾਨ ਹੈ ਕਿਸੇ ਚੀਜ਼ ਦੀ ਭੁੱਖ ਨੇ ਦੋਨੇ ਜੀ ਸੇਵਾਦਾਰ ਬਣ ਕੇ ਸਰਪੰਚ ਕਰਨ ਪਿੰਡ ਦੀ ਸੇਵਾ ਕਰਨਗੇ ਸਰਪੰਚੀ ਕਰਨਗੇ ਹਾਂਜੀ ਘਰ ਦੇ ਮਤਲਬ ਕਾਰੋਬਾਰ ਤਾਂ ਫਿਰੀ ਹੈ ਜੀ ਜੀ ਤੇ ਮੁੰਡੇ ਵਾਲੇ ਮੁਲਾਜ਼ਮ ਲੱਗੇ ਆ ਜੀ ਕਾਰੋਬਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਸੈੱਟ ਹੈ ਜੀ ਤੇ ਇਸ ਟਾਈਮ ਇਹ ਵਿਹਲੇ ਕੋਈ ਘਰ ਦੀ ਜ਼ਿੰਮੇਵਾਰੀ ਨਹੀਂ ਇੰਨੀ ਠੀਕ ਹੈ ਜੀ ਤੇ ਪਿੰਡ ਦੀ ਸੇਵਾ ਤੇ ਹੈ ਪਿੰਡ ਦੀ ਸੇਵਾ ਤੇ ਹੈ ਹਾਂਜੀ ਜਦੋਂ ਬਾਈ ਜੀ ਪੰਚਾਇਤ ਬਣ ਜਾਂਦੀ ਹੈ ਸਰਪੰਚ ਬਣ ਤੋਂ ਬਾਅਦ ਨਾ ਇੱਕ ਟੀਮ ਬਣਦੀ ਹੈ ਪਿੰਡ ਦੇ ਵਿਕਾਸ ਲਈ ਹਾਂਜੀ ਉਹ ਟੀਮ ਦਾ ਫਿਰ ਤੁਸੀਂ ਹਿੱਸਾ ਰਹੋਗੇ ਜਦੋਂ ਬੀਬੀ ਚਰਨਜੀਤ ਕੌਰ ਸਰਪੰਚ ਬਣ ਗਏ ਰਹਾਂਗੇ ਜੀ ਪਿੰਡ ਨੂੰ ਅੱਗੇ ਚਲਾਉਣ ਵਾਸਤੇ ਅੱਜ ਵੀ ਇਹਨਾਂ ਨਾਲ ਆਂ ਤੇ ਕੱਲ ਵੀ ਇਹਨਾਂ ਨਾਲ ਰਹਾਂਗੇ ਠੀਕ ਹੈ ਜੀ ਇੱਕ ਟੀਮ ਬਣ ਜਾਂਦੇ ਪਿੰਡ ਦਾ ਵਿਕਾਸ ਕਰਨ ਵਾਸਤੇ ਤੇ ਫਿਰ ਉਹ ਜਦੋਂ ਹਰ ਪੱਖੋਂ ਇਹਨਾਂ ਦੇ ਨਾਲ ਤੁਸੀਂ ਖੜੇ ਹੋ ਮੋਢੇ ਨਾਲ ਮੋਢੇ ਖੜੇ ਹਾਂ ਜੀ ਹਾਂ ਬਿਲਕੁਲ ਖੜੇ ਹਾਂ ਬਾਈ ਜੀ ਤੁਸੀਂ ਕੈਮਰੇ ਦੇ ਵਿੱਚ ਰਿਕਾਰਡਿੰਗ ਲਈ ਤੁਸੀਂ ਵਾਅਦਾ ਕਰ ਰਹੇ ਹੋ ਪਿੰਡ ਵਾਸੀਆਂ ਨਹੀਂ ਭਾਈ ਦੇ ਜੀ ਇਹ ਜ਼ਿੰਮੇਵਾਰ ਬੰਦੇ ਆ ਜੀ ਸਾਰੇ ਨਗਰ ਨੇ ਜ਼ਿੰਮੇਵਾਰੀ ਸੌਂਪੀ ਹੈ ਜੀ ਤੇ ਅਸੀਂ ਇਹਨਾਂ ਦੇ ਹਰ ਪੱਖੋਂ ਨਾਲ ਆ ਜੀ ਧੰਨਵਾਦ ਜੀ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠਾਕ ਹੋ ਬਹੁਤ ਵਧੀਆ ਬਾਈ ਪੂਰਾ ਨਾਮ ਦੱਸੋ ਆਪਣਾ ਮੇਰਾ ਨਾਮ ਸੁਖਪਾਲ ਸਿੰਘ ਸੁਖਪਾਲ ਸਿੰਘ ਜੀ ਪਾਲਾ ਦੋਧੀ ਕਹਦੇ ਆ ਹਾਂਜੀ ਠੀਕ ਹੈ ਜੀ ਬਾਈ ਜੀ ਐ ਦੱਸੋ ਵੀ ਬੀਬੀ ਚਰਨਜੀਤ ਕੌਰ ਨੂੰ ਪਿੰਡ ਦਾ ਸਰਪੰਚ ਬਣਾਉਣ ਜਾ ਰਹੇ ਹੋ ਕੀ ਕੀ ਖਾਸ ਗੱਲਾਂ ਦੇਖਦੇ ਹੋ ਦੇਖੋ ਸਾਰੇ ਨਗਰ ਨੂੰ ਹੀ ਪਤਾ ਪਹਿਲਾਂ ਤਾਂ ਜੀ ਵੀ ਇਹ ਪਰਿਵਾਰ ਸਭ ਤੋਂ ਨਰਮ ਆ ਜੀ ਦੂਜੀਆਂ ਗੱਲਾਂ ਵੀ ਇਹਦੇ ਬੱਚੇ ਸੈੱਟ ਆ ਜੀ ਜੀ ਤੀਜੀ ਗੱਲ ਵੀ ਸਾਰੇ ਨਗਰ ਨੂੰ ਕੱਲਿਆ ਆ ਪਰਿਵਾਰ ਨੂੰ ਸਾਰੇ ਨਗਰ ਨੂੰ ਹੀ ਪਤਾ ਜੀ ਵੀ ਆਪਣੇ ਵੀ 6000 ਵੋਟ ਆ 6000 ਵੋਟ ਨੂੰ ਹੀ ਪਤਾ ਵੀ ਪਰਿਵਾਰ ਕਹਿ ਜਾ ਜੀ ਵੀ ਬਾਕੀ ਨਾਲ ਜ਼ਿਮੀਂਦਾਰਾ ਭਾਈਚਾਰਾ ਉਹ ਨਾਲ ਸਪੋਰਟ ਕਰੀ ਜਾਂਦਾ ਜੀ ਬਾਕੀ ਸਾਡੇ ਪਰਿਵਾਰ ਦੀ ਜਿਹੜੇ 40-45 ਘਰ ਆ ਉਹਨਾਂ ਦੀ ਫੁੱਲ ਸਪੋਰਟ ਆ ਜੀ ਬਾਕੀ ਤੁਸੀਂ ਨਗਰ ਜਾਣਦੇ ਹੀ ਆ ਜੀ ਠੀਕ ਹੈ ਜੀ ਸੁਖਪਾਲ ਸਿੰਘ ਜੀ ਪੰਚਾਇਤ ਬਣਨ ਤੋਂ ਬਾਅਦ ਜਦੋਂ ਬੀਬਾ ਚਰਨਜੀਤ ਕੌਰ ਜੀ ਸਰਪੰਚ ਬਣ ਗਈ ਇੱਕ ਨਾ ਪਿੰਡ ਨੂੰ ਵਿਕਾਸ ਕਰਨ ਵਾਸਤੇ ਅੱਗੇ ਲਿਜਾਣ ਵਾਸਤੇ ਇੱਕ ਟੀਮ ਬਣਦੀ ਸਰਪੰਚ ਨਾਲ ਤੁਸੀਂ ਉਹ ਟੀਮ ਦਾ ਹਿੱਸਾ ਰਹੋਗੇ ਫਿਰ ਹਾਂਜੀ ਰਹਿਮ ਪਹਿਲੀ ਗੱਲ ਤਾਂ ਜੀ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਆ ਜੀ ਵੀ ਜਿਵੇਂ ਸਭ ਤੋਂ ਵੱਡੀ ਗੱਲ ਤਾਂ ਪਾਣੀ ਦੀ ਸਮੱਸਿਆ ਦੂਜੀ ਜੋ ਬੱਚਿਆਂ ਖਾਤਰ ਕੋਈ ਗਰਾਊਂਡ ਨਹੀਂ ਜੀ ਵੀ ਤੀਜੀ ਗੱਲ ਜਿੰਮ ਜੀ ਵੀ ਇਹਨਾਂ ਨੇ ਵਾਅਦੇ ਕੀਤੇ ਸਾਨੂੰ ਪਤਾ ਵੀ ਇਹ ਪੂਰੇ ਕਰਨਗੇ ਇਹਨਾਂ ਦੇ ਸਾਨੂੰ ਵਿਸ਼ਵਾਸ ਆ ਵੀ ਬੱਚੇ ਵੀ ਨਾਲ ਆ ਫੇਰ ਹੀ ਅਸੀਂ ਇਹਨਾਂ ਨਾਲ ਲੱਗੇ ਠੀਕ ਹੈ ਧੰਨਵਾਦ ਜੀ ਆਪਾਂ ਕੁਝ ਪਥਰਾਲਾ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਹੁਣ ਆਪਾਂ ਨੌਜਵਾਨ ਵੀਰ ਜੁੜੇ ਨੌਜਵਾਨ ਵੀਰਾਂ ਨੂੰ ਪੁੱਛਦੇ ਆ ਵੀ ਉਹਨਾਂ ਦੀ ਸਰਪੰਚ ਚਰਨਜੀਤ ਕੌਰ ਤੋਂ ਕੀ ਉਮੀਦ ਹੈ ਉਹਨਾਂ ਨੂੰ ਆਪਾਂ ਨੌਜਵਾਨਾਂ ਨੂੰ ਵੀ ਪੁੱਛਦੇ ਆ ਵੀ ਉਹਨਾਂ ਦੀ ਕੀ ਮੰਗ ਹੈ ਕੀ ਉਹਨਾਂ ਨੂੰ ਵਿਸ਼ਵਾਸ ਹੈ ਵੀ ਉਹਨਾਂ ਦੀ ਮੰਗ ਨੂੰ ਇਹ ਪੂਰਾ ਕਰ ਪਾਉਣਗੇ ਬੀਬੀ ਚਰਨਜੀਤ ਕੌਰ ਜੀ ਸਰਪੰਚ ਬਣਨ ਤੋਂ ਬਾਅਦ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਠੀਕ ਠਾਕ ਹੋ ਵਧੀਆ ਤੁਹਾਡਾ ਬਾਈ ਪੂਰਾ ਨਾਮ ਦੱਸੋ ਮੇਰਾ ਨਾਮ ਕਾਸ਼ਦੀਪ ਸਿੰਘ ਜੀ ਕਾਸ਼ਦੀਪ ਕਾਸ਼ਦੀਪ ਸਿੰਘ ਜੀ ਬੀਬੀ ਚਰਨਜੀਤ ਕੌਰ ਨੂੰ ਸਰਪੰਚ ਬਣਾਉਣ ਜਾ ਰਹੇ ਹੋ ਹਾਂਜੀ ਕੀ ਦੇਖਦੇ ਹੋ ਕੀ ਖਾਸ ਗੱਲ ਹੈ ਇਹਨਾਂ ਦੇ ਵਿੱਚ ਚੰਗੇ ਇਨਸਾਨ ਆ ਜੀ ਜੀ ਵਧੀਆ ਇਨਸਾਨ ਆ ਜੀ ਜੀ ਮਿਹਨਤੀ ਇਨਸਾਨ ਆ ਜੀ ਜੀ ਹਾਂਜੀ ਬਾਈ ਜੀ ਤੁਸੀਂ ਨੌਜਵਾਨ ਪੀੜ੍ਹੀ ਹੋ ਪਿੰਡ ਦੇ ਵਿੱਚ ਕੋਈ ਖੇਡ ਗਰਾਊਂਡ ਨਹੀਂ ਤੁਹਾਡੇ ਕੀ ਦੇਖਦੇ ਤੁਸੀਂ ਮੰਗ ਰੱਖੀ ਹੈ ਖੇਡ ਗਰਾਊਂਡ ਦੀ ਹਾਂਜੀ ਮੰਗ ਰੱਖੀ ਖੇਡ ਗਰਾਊਂਡ ਦੀ ਸਾਨੂੰ ਖੇਡ ਗਰਾਊਂਡ ਕੱਟ ਕੇ ਦੇਣਗੇ ਤੁਹਾਨੂੰ ਵਿਸ਼ਵਾਸ ਹੈ ਬੀਬਾ ਜੀ ਜਦੋਂ ਸਰਪੰਚ ਬਣਗੇ ਪਹਿਲੇ ਆਧਾਰ ਤੇ ਖੇਡ ਗਰਾਊਂਡ ਕੱਟਣਗੇ ਹਾਂਜੀ ਜੀ ਪਹਿਲਾਂ ਅਸੀਂ ਆਹੀ ਗੱਲ ਕਹੀ ਸੀਗੀ ਜੀ
ਪਿੰਡ ਨਾਲ ਬਹੁਤ ਵੱਡੇ ਵਾਅਦੇ ਕੀਤੇ ਆ ਜਿਵੇਂ ਇੱਕ ਉਧਰਲਾ ਵਾਟਰ ਬਕਸ ਜੋ ਗੁਰੂ ਘਰ ਕੋਲੇ ਬਹੁਤ ਮਾੜੀ ਹਾਲਾਤ ਹੋਈ ਪਿਓ ਦੀ ਤੇ ਇਧਰਲਾ ਵਾਟਰ ਬਕਸ ਆ ਬੱਚਿਆਂ ਨੂੰ ਖੇਡ ਕਰਾਉਣਾ ਚਾਹੀਦਾ ਇਹਨਾਂ ਨੇ ਵਾਅਦੇ ਕਰਿਆ ਤੁਹਾਨੂੰ ਵਿਸ਼ਵਾਸ ਹੈ ਵੀ ਇਹ ਆਪਣੇ ਵਾਅਦੇ ਨਿਭਾ ਦੇਣਗੇ ਹਾਂਜੀ ਸਾਨੂੰ ਵਿਸ਼ਵਾਸ ਹੈ ਜੀ ਕਿਉਂਕਿ ਇਮਾਨਦਾਰ ਇਨਸਾਨ ਹੈ ਜੀ ਜੋ ਸਾਨੂੰ ਵਾਅਦੇ ਕੀਤੇ ਆ ਇਹ ਪੂਰੇ ਕਰਨਗੇ ਭੈਣੇ ਇੱਕ ਨਾ ਖੇਡ ਮੰਨ ਲਓ ਪੰਚਾਇਤ ਬਣਨ ਤੋਂ ਬਾਅਦ ਦੇ ਵਿੱਚ ਇੱਕ ਨਾ ਟੀਮ ਬਣ ਜਾਂਦੀ ਹੈ ਪਿੰਡ ਦੇ ਵਿਕਾਸ ਲਈ ਉਹ ਟੀਮ ਦਾ ਤੁਸੀਂ ਫਿਰ ਖੁਦ ਹਿੱਸਾ ਰਹੋਗੇ ਬੀਬੀਆਂ ਦੇ ਹਾਂਜੀ ਅਸੀਂ ਇਹਨਾਂ ਦੇ ਨਾਲ ਹੀ ਖੜੇ ਰਵਾਂਗੇ ਜੀ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਕਿਉਂਕਿ ਇਹ ਸਾਡੇ ਸਾਥ ਹੀ ਖੜੇ ਹੈ ਜੀ ਇਸ ਲਈ ਅਸੀਂ ਵੀ ਇਹਨਾਂ ਦੇ ਨਾਲ ਹੀ ਰਵਾਂਗੇ ਭੈਣੇ ਖਾਸ ਗੱਲ ਪਿੰਡ ਵਾਲਿਆਂ ਤੋਂ ਪਤਾ ਲੱਗੇ ਵੀ ਇੱਕ ਰੱਜੇ ਪੁੱਜੇ ਇਨਸਾਨ ਹੈ ਕਿਸੇ ਚੀਜ਼ ਦੀ ਭੁੱਖ ਨਹੀਂ ਸਹੀ ਹੈ ਕਿ ਕਿਵੇਂ ਗੱਲ ਬਾਤ ਹਾਂਜੀ ਇਹ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਬੱਚੇ ਆ ਜੋ ਬਹੁਤ ਯੋਗ ਹੈ ਜੀ ਪੜ੍ਹੇ ਲਿਖੇ ਹੈਗੇ ਆ ਇਹ ਵੀ ਪੜ੍ਹੇ ਲਿਖੇ ਆ ਜੀ ਹਾਂਜੀ ਇਹਨਾਂ ਨੂੰ ਕੋਈ ਪੈਸੇ ਦੀ ਕੋਈ ਭੁੱਖ ਨਹੀਂ ਹੈਗੀ ਜੀ ਇਹ ਸਭ ਕੁਝ ਰੱਜੇ ਪੁੱਜੇ ਧੰਨਵਾਦ ਭੈਣੇ ਬੜੀ ਮਿਹਰਬਾਨੀ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਠੀਕ ਹੋ ਹਾਂਜੀ ਭੈਣੇ ਪੂਰਾ ਨਾਮ ਦੱਸੋ ਕੀ ਨਾਮ ਹੈ ਨਿਰਮਲ ਕੌਰ ਨਿਰਮਲ ਕੌਰ ਮੇਰਾ ਸਰ ਮੇਰਾ ਨਾਮ ਵੀ ਨਿਰਮਲ ਸਿੰਘ ਹੈ ਭੈਣੇ ਮੈਂ ਇੱਕ ਗੱਲ ਪੁੱਛਦਾ ਇਹ ਬੀਬਾ ਚਰਨਜੀਤ ਕੌਰ ਜੀ ਹੈ ਛੋਟੇ ਕੀ ਲੱਗਦੇ ਰਿਸ਼ਤੇ ਦੇ ਵਿੱਚ ਹਾਂਜੀ ਇਹ ਮੇਰੇ ਮਦਰ ਇਨ ਲਾਅ ਹੈ ਅੱਛਾ ਠੀਕ ਹੈ ਹਾਂਜੀ ਭੈਣੇ ਕਿਹੋ ਜਿਹਾ ਇਨਸਾਨ ਹੈ ਇੱਕ ਸੱਸ ਨੂੰਹ ਦਾ ਰਿਸ਼ਤਾ ਨਾ ਥੋੜਾ ਜਿਹਾ ਮੰਨ ਲਓ ਵੀ ਹੁੰਦਾ ਹੀ ਹੈ ਨਾ ਤੁਸੀਂ ਸਮਝ ਲਓ ਮੈਂ ਕੀ ਕਹਿੰਦਾ ਖੱਟਾ ਮਿੱਠਾ ਹੋ ਜਾਂਦਾ ਨਾ ਤੁਸੀਂ ਪਹਿਲਾਂ ਘਰ ਦੀ ਗੱਲ ਦੱਸੋ ਵੀ ਕਿਹੋ ਜਿਹਾ ਇਨਸਾਨ ਹੈ ਬਹੁਤ ਵਧੀਆ ਇਨਸਾਨ ਹੈ ਜੀ ਤੁਹਾਡੇ ਨਾਲ ਫਿਰ ਪੂਰੀ ਬੰਦੀ ਕਈ ਵਾਰੀ ਹੋ ਜਾਂਦੀ ਹੈ ਕੋਈ ਖੱਟੀ ਮਿੱਠੀ ਗੱਲ ਨਹੀਂ ਨਿਆਂ ਤਾਂ ਚੱਲਦਾ ਹੀ ਰਹਿੰਦਾ ਜੀ ਘਰਾਂ 'ਚ ਵੈਸੇ ਬਹੁਤ ਵਧੀਆ 10 ਸਾਲ ਹੋ ਗਏ ਮੈਨੂੰ ਇਸ ਪਰਿਵਾਰ 'ਚ ਆਈ ਨੂੰ ਜੀ ਹਾਂਜੀ ਤਾਂ ਕਰਕੇ ਭੈਣੇ ਮੈਂ ਇੱਕ ਗੱਲ ਪੁੱਛਾਂ ਤੁਹਾਨੂੰ ਵੀ ਬੀਬਾ ਜੀ ਤੁਹਾਡੇ ਜੋ ਸੱਸ ਨੇ ਚਰਨਜੀਤ ਕੌਰ ਜੀ ਉਹ ਸਰਪੰਚ ਬਣ ਜਾ ਰਹੇ ਆ ਫਿਰ ਉਹਨਾਂ ਤੋਂ ਘਰ ਦਾ ਕੰਮ ਤਾਂ ਉਹਨੇ ਪਿੰਡ ਦੇ ਸੇਵਾ ਹੀ ਕਰਨਗੇ ਤੁਸੀਂ ਘਰ ਬਾਰ ਸੰਭਾਲ ਲਓਗੇ ਪੂਰਾ ਹਾਂਜੀ ਵਾਦਾ ਤੁਹਾਡਾ ਹਾਂਜੀ ਬੀਬਾ ਜੀ ਨੂੰ ਬੀਬਾ ਚਰਨਜੀਤ ਕੌਰ ਜੀ ਨੂੰ ਤੁਸੀਂ ਫਰੀ ਰੱਖਿਆ ਹਾਂਜੀ ਪਿੰਡ ਦੀ ਸੇਵਾ ਵਾਸਤੇ ਹਾਂਜੀ ਜੀ ਪਿੰਡ ਵਾਸਤੇ ਹੁਣ ਇਹ ਸੇਵਾਦਾਰ ਬਣ ਕੇ ਪਿੰਡ ਦੀ ਸੇਵਾ ਨਿਭਾਉਣਗੇ ਜੀ ਧੰਨਵਾਦ ਭੈਣੇ ਬੜੀ ਮਿਹਰਬਾਨੀ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਭੈਣੇ ਪੂਰਾ ਜਸਵਿੰਦਰ ਕੌਰ ਜਸਵਿੰਦਰ ਕੌਰ ਭੈਣੇ ਬੀਬਾ ਚਰਨਜੀਤ ਕੌਰ ਜੀ ਨੂੰ ਸਰਪੰਚ ਪਦ ਦਾਅਵੇਦਾਰ ਬਣਾਇਆ ਬੀਬਾ ਜੀ ਪਰਸੋਂ ਸਰਪੰਚ ਬਣ ਜਾਣਗੇ ਵੱਡੀ ਉਮੀਦ ਹੈ ਪਿੰਡ ਨੂੰ ਸਾਰਾ ਪਿੰਡ ਤੁਹਾਡੇ ਨਾਲ ਹੈ ਕਿਹੋ ਜਿਹਾ ਇਨਸਾਨ ਹੈ ਬੀਬਾ ਚਰਨਜੀਤ ਕੌਰ ਜੀ ਬਹੁਤ ਵਧੀਆ ਸੁਭਾਅ ਦੇ ਨੇਚਰ ਹੈ ਜੀ ਇਹਨਾਂ ਦੇ ਬਾਕੀ ਇਹ ਸਮਝਦਾਰ ਹੈਗੇ ਆ ਜੀ ਬਾਕੀ ਵਧੀਆ ਨੇਚਰ ਪੜ੍ਹੇ ਲਿਖੇ ਜੀ ਪੜ੍ਹੇ ਲਿਖੇ ਵੀ ਹੈਗੇ ਸੋਨੂੰ ਉਮੀਦ ਹੈ ਬੀਬਾ ਜੀ ਪਿੰਡ ਨੂੰ ਅੱਗੇ ਲੈ ਕੇ ਜਾਣਗੇ ਤੇ ਹਾਂਜੀ ਪੂਰੀ ਉਮੀਦ ਆ ਬਾਕੀ ਪੜ੍ਹੇ ਲਿਖੇ ਹੈਗੇ ਭੈਣੇ ਇੱਕ ਪੰਚਾਇਤ ਬਣ ਤੋਂ ਬਾਅਦ ਨੇ ਇੱਕ ਟੀਮ ਬਣ ਜਾਂਦੀ ਹੈ ਪਿੰਡ ਦੇ ਵਿਕਾਸ ਲਈ ਤੁਸੀਂ ਉਹ ਟੀਮ ਦਾ ਹਿੱਸਾ ਰਹੋਗੇ ਫਿਰ ਹਾਂਜੀ ਜ਼ਰੂਰ ਰਹਾਂਗੇ ਜਿਵੇਂ ਬੀਬੀਆਂ ਭੈਣਾਂ ਨੂੰ ਗਾਈਡ ਕਰਨਾ ਕੋਈ ਕਈ ਮਸਲੇ ਇਹੋ ਜਿਹੇ ਆਏ ਵੀ ਭੈਣਾਂ ਹੀ ਹੱਲ ਕਰ ਸਕਦਾ ਤੁਸੀਂ ਫਿਰ ਉਹ ਟੀਮ ਦਾ ਹਿੱਸਾ ਬਣੋਗੇ ਹਾਂਜੀ ਜ਼ਰੂਰ ਬਣੋ ਵਿਸ਼ਵਾਸ ਦਿਵਾਉਣਾ ਕਹਿੰਦੇ ਹਾਂਜੀ ਅਸੀਂ ਇਹਨਾਂ ਨਾਲ ਖੜੇ ਆ ਹਰ ਟਾਈਮ ਧੰਨਵਾਦ ਭੈਣੇ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਹੋ ਵਧੀਆ ਪੂਰਾ ਨਾਮ ਦੱਸੋ ਪਹਿਲਾਂ ਕੀ ਹੈ ਗੁਰਮੀਤ ਕੌਰ ਗੁਰਮੀਤ ਕੌਰ ਹਾਂਜੀ ਬੀਬਾ ਚਰਨਜੀਤ ਕੌਰ ਜੀ ਨੂੰ ਪਿੰਡ ਪਥਰਾਲਾ ਸਰਪੰਚ ਬਣਾਉਣ ਜਾ ਰਹੇ ਆ ਹਾਂਜੀ ਬੀਬਾ ਚਰਨਜੀਤ ਕੌਰ ਤੁਹਾਡੇ ਕੀ ਲੱਗਦੇ ਆ ਭੈਣ ਜੀ ਦਰਾਣੀ ਹੈ ਨਾਲੇ ਦਰਾਣੀ ਹੈ ਫਿਰ ਭੈਣਾਂ ਦੀ ਤੇ ਦਰਾਣੀ ਦੀ ਕਈ ਵਾਰੀ ਤੂੰ ਮੈਂ ਹੋਈ ਅੱਜ ਕਦੇ ਕਿ ਨਹੀਂ ਹੋਈ ਬਹੁਤ ਹੁੰਦੀ ਹੋ ਜਾਂਦੀ ਹੈ ਫਿਰ ਕਿਹੋ ਜਿਹੀ ਇਨਸਾਨ ਹੈ ਬੀਬੀ ਫਿਰ ਵੀ ਤੁਸੀਂ ਨਾਲ ਬਹੁਤ ਵਧੀਆ ਨਾਲੇ ਤੁਸੀਂ ਵਧਿਆ ਕਹਿੰਦੇ ਨਾਲੇ ਤੁਸੀਂ ਨਹੀਂ 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 ਬਹੁਤ ਵਧੀਆ ਤਾਂ ਬਹੁਤ ਵਧੀਆ ਤਾਂ ਅੱਛੇ ਗੱਲ ਫਿਰ ਮੜਾ ਮਟਾ ਮਿਲੇ ਤੁਸੀਂ ਖੱਟ ਮਿਠਾ ਕਰਦੇ ਹੋਗੇ ਬੀਬੀ ਦਾ ਵਿਚਾਰ ਸਹੀ ਹੈ ਨਾ ਤੇ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਤੁਹਾਨੂੰ ਉਮੀਦ ਹੈ ਬੀਬੀ ਚਰਨਜੀਤ ਕੌਰ ਜੀ ਪਿੰਡ ਪਥਰਾਲਾ ਦੀ ਜੋ ਸਰਪੰਚ ਬਣ ਗਏ ਹਾਂਜੀ ਬਹੁਤ ਵੱਡਾ ਪਿੰਡ ਨੂੰ ਸੰਭਾਲ ਲੈਣਗੇ ਹਾਂਜੀ ਸੰਭਾਲ ਲੈਣਗੇ ਬਹੁਤ ਵੱਡਾ ਮਾਣ ਆ ਸਾਨੂੰ ਤੁਹਾਨੂੰ ਵਿਸ਼ਵਾਸ ਹੈ ਇਸ ਗੱਲ ਹਾਂਜੀ ਤੁਸੀਂ ਬੀਬਾ ਜੀ ਦਾ ਸਾਥ ਦਿਓਗੇ ਹਾਂਜੀ ਬਰਾਬਰ ਖੜਾਂਗੇ ਜੀ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਨਾਮ ਦੱਸੋ ਪੂਰਾ ਆਪਣਾ ਵੀਰ ਸਿੰਘ ਜੀ ਜੀ ਸਿੰਘ ਵੀਰ ਸਿੰਘ ਮੈਂਬਰ ਸਾਹਿਬ ਬੀਬੀ ਚਰਨਜੀਤ ਕੌਰ ਜੀ ਨੂੰ ਸਰਪੰਚ ਬਣਾਉਣ ਜਾ ਰਹੇ ਹੋ ਹਾਂਜੀ ਕੀ ਵਿਸ਼ਵਾਸ ਹੈ ਤੁਹਾਨੂੰ ਕਿਵੇਂ ਯੋਗ ਸਮਝੇ ਸੀ ਬਹੁਤ ਵਧੀਆ ਜੀ ਜੀ ਫੁੱਲਾ ਜਾਵਾਂ ਜੀ ਠੀਕ ਹੈ ਜੀ ਵਿਸ਼ਵਾਸ ਆ ਸਾਨੂੰ ਪੂਰਾ ਨਾਲ ਹੈ ਤੇ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ ਠੀਕ ਹੈ ਜੀ ਸਾਰੇ ਪਿੰਡ 'ਚ ਇਹਦਾ ਜਿਹੜਾ ਹਦੂਰੇ ਕੰਮ ਪਿਆ ਕਰਵਾਵਾਂਗੇ ਆਖ ਵੇਖ ਕੇ ਜੀ ਇਹ ਸਾਡਾ ਵਾਅਦਾ ਹੋ ਗਿਆ ਲੋਕ ਠੀਕ ਹੈ ਜਨਤਾ ਦਾ ਮੈਂਬਰ ਸਾਹਿਬ ਤੁਹਾਡੇ ਜਿਹੜਾ ਪਰਲਾ ਵਾਟਰ ਬਕਸ ਹੈ ਜੋ ਗੁਰੂ ਘਰ ਕੋਲੇ ਆ ਉਹਦੇ ਮੰਨ ਲਓ ਬਹੁਤ ਮਾੜੇ ਹਾਲਾਤ ਹੈ ਜੀ ਬੁਰਾ ਬਈ ਜੀ ਹਾਂ ਦੇਖ ਬੜਾ ਗੰਦਾ ਪਾਣੀ ਆ ਰਿਹਾ ਮੈਂ ਦੇਖਿਆ ਜੀ ਤੇ ਤੁਸੀਂ ਪਹਿਲ ਦੇ ਆਧਾਰ ਤੇ ਫਿਰ ਉਹੀ ਹੱਲ ਕਰੋਗੇ ਅਸੀਂ ਦੋ ਕੰਮ ਕਰਾਂਗੇ ਜੀ ਪਹਿਲ ਦੇ ਆਧਾਰ ਤੇ ਵਾਟਰ ਬਕਸ ਤੇ ਇੱਕ ਆਪਣਾ ਸਕੂਲ ਵਾਲਾ ਜੀ ਇੱਕ ਖੇਡ ਗਰਾਊਂਡ ਵਾਲਾ ਹਾਂਜੀ ਪਹਿਲਾ ਇਹ ਕੰਮ ਹੈ ਜੀ ਠੀਕ ਹੈ ਜੀ ਤੇ ਤੁਸੀਂ ਔਨ ਰਿਕਾਰਡ ਰਿਕਾਰਡਿੰਗ ਹੋ ਰਹੀ ਹੈ ਕੈਮਰੇ ਵਾਦਾ ਕਰ ਰਹੇ ਹੋ ਜੀ ਇਸ ਤੁਸੀਂ ਪੂਰਾ ਕਰੋਗੇ ਜਮਾ ਜੀ ਪੂਰਾ ਕਰਾਂਗੇ ਤਲੋਂ ਮਨੋਂ ਕਰਾਂਗੇ ਜੀ ਬੀਬਾ ਜੀ ਕਿਹੋ ਜਿਹਾ ਇਨਸਾਨ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਰੱਜੇ ਪੁੱਜੇ ਇਨਸਾਨ ਹੈ ਜੀ ਪੁੱਜੇ ਇਨਸਾਨ ਹੈ ਜੀ ਪੜ੍ਹੇ ਲਿਖੇ ਆ ਪਿੰਡ ਦੀ ਸੇਵਾ ਕਰਨਗੇ ਹਾਂਜੀ ਤੁਸੀਂ ਪੁਰਾਣੇ ਬਜ਼ੁਰਗ ਹੋ ਪਿੰਡ ਦਾ ਤਜਰਬਾ ਵੀ ਆ ਸਾਬਕਾ ਮੈਂਬਰ ਹੋ ਬਿਲਕੁਲ ਹੈ ਜੀ ਤੁਹਾਨੂੰ ਤੁਸੀਂ ਬੀਬਾ ਜੀ ਨਵੇਂ ਚਿਹਰੇ ਹਨਾ ਇੱਕ ਪੜ੍ਹੇ ਲਿਖੇ ਆ ਚਲੋ ਗੱਲ ਵੱਖਰੀ ਆ ਠੀਕ ਹੈ ਜੀ ਤੇ ਤੁਸੀਂ ਫਿਰ ਬੀਬਾ ਜੀ ਨੂੰ ਸਮਝਾਓਗੇ ਸਾਰੇ ਗੱਲ ਸਮਝਾਵਾਂਗੇ ਜੀ ਅਸੀਂ
ਵੀ ਵੋਟ ਹਰ ਬੰਦਾ ਇਨਸਾਨ ਵੋਟ ਪਵੇ ਬੀਬਾ ਜੀ ਨੂੰ ਸਰਪੰਚ ਬਣ ਗਏ ਜਦੋਂ ਉਦੋਂ ਬਾਅਦ ਚ ਤੁਸੀਂ ਜਿਹੜੇ ਪਿੰਡ ਦੇ ਅਧੂਰੇ ਕੰਮ ਉਹਨਾਂ ਦਾ ਵਾਅਦਾ ਕਰ ਰਹੇ ਹੋ ਵੀ ਅਸੀਂ ਕਰਾਂਗੇ ਹਾਂਜੀ ਕੈਮਰੇ ਦੇ ਵਿੱਚ ਰਿਕਾਰਡਿੰਗ ਹੋ ਰਹੀ ਹੈ ਬਿਲਕੁਲ ਜੀ ਕਿਸੇ ਆਪਦੀ ਗੱਲ ਤੋਂ ਭੱਜਦੇ ਤਾਂ ਨਹੀਂ ਨਹੀਂ ਜੀ ਨਹੀਂ ਭੱਜਦੇ ਜੀ ਵੋਟ ਪਾਈ ਸਾਨੂੰ ਉਹ ਵੀ ਕਰਾਂਗੇ ਜਿਹਨੇ ਨਾ ਪਾਈ ਉਹ ਵੀ ਕਰਾਂਗੇ ਤੁਸੀਂ ਕੈਮਰੇ ਦੇ ਵਿੱਚ ਵਿਸ਼ਵਾਸ ਦਿਵਾ ਰਹੇ ਹੋ ਵੀ ਬੀਬਾ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਸਰਪੰਚ ਹਾਂ 100% ਠੀਕ ਹੈ ਜੀ ਤੇ ਇੱਕ ਵਿਸ਼ਵਾਸ ਤੁਸੀਂ ਹੋਰ ਦਿਵਾਇਆ ਵੀ ਬੀਬਾ ਜੀ ਸਰਪੰਚ ਬਣ ਕੇ ਨਹੀਂ ਸੇਵਾਦਾਰ ਬਣ ਕੇ ਰਹਿਣਗੇ ਪਿੰਡ ਦੇ ਇਹ ਸੇਵਾਦਾਰ ਬਣ ਕੇ ਰਹਿਣਗੇ ਠੀਕ ਹੈ ਧੰਨਵਾਦ ਜੀ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬਾਈ ਠੀਕ ਠਾਕ ਵਧੀਆ ਜੀ ਜਲਦੀ ਬਾਈ ਕੀ ਨਾਮ ਹੈ ਜਸਕਰਨ ਸਿੰਘ ਜੀ ਜਸਕਰਨ ਸਿੰਘ ਬਾਈ ਜੀ ਬੀਬੀ ਚਰਨਜੀਤ ਕੌਰ ਜੀ ਨੂੰ ਸਰਪੰਚ ਬਣਾਉਣ ਜਾ ਰਹੇ ਹੋ ਪਿੰਡ ਨੇ ਸੋਚ ਵਿਚਾਂਦਰਾ ਕਰਕੇ ਹੈ ਨਾ ਵਿਚਾਰ ਵਟਾਂਦਰਾ ਰੱਖਿਆ ਬਹੁਤ ਵੱਡਾ ਇਕੱਠ ਰੱਖਿਆ ਬੀਬਾ ਜੀ ਨੂੰ ਸਰਪੰਚ ਦਾ ਦਾਅਵੇਦਾਰ ਬਣਾ ਤਾ ਯੋਗ ਉਮੀਦਵਾਰ ਹੈ ਠੀਕ ਹੈ ਤੁਸੀਂ ਕਿਵੇਂ ਦੇਖਦੇ ਹੋ ਕੀ ਸਰਪੰਚ ਵਾਲੇ ਸਾਰੇ ਗੁਣ ਹੈ ਬੀਬਾ ਜੀ ਵਿੱਚ ਪਹਿਲਾਂ ਤਾਂ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਜਿਨ੍ਹਾਂ ਨੇ ਉਪਰਾਲਾ ਚੱਕਿਆ ਹੈਗਾ ਜੀ ਸੋ ਸਰਪੰਚ ਵਧੀਆ ਇਮਾਨਦਾਰ ਹੈਗੇ ਆ ਸਾਰੀ ਉਮਰ ਬੇਦਾਗੇ ਹੈਗੇ ਆ ਇਹ ਕੋਈ ਕਿਸੇ ਦਾ ਪਿੰਡ ਚ ਝਗੜਾ ਨੀ ਇਹਨਾਂ ਨਾਲ ਠੀਕ ਹੈ ਜੀ ਤੇ ਬਾਬਾ ਰਾਮਦੇਵ ਜੀ ਨੇ ਸੇਵਾ ਕਰਦੇ ਆ ਮੰਦਿਰ ਚ ਜੀ ਤੇ ਪਿੰਡ ਦੀ ਵੀ ਐਂ ਸੇਵਾ ਕਰਨਗੇ ਜੀ ਜੀ ਤੁਹਾਨੂੰ ਯਕੀਨ ਆ ਜੀ ਹਾਂਜੀ ਫੁੱਲ ਯਕੀਨ ਆ ਜੀ ਬਾਈ ਜੀ ਪੰਚਾਇਤ ਬਣ ਤੋਂ ਬਾਅਦ ਇੱਕ ਟੀਮ ਬਣਦੀ ਹੈ ਪਿੰਡ ਦੇ ਵਿਕਾਸ ਲਈ ਤੁਸੀਂ ਫਿਰ ਉਹ ਟੀਮ ਦਾ ਹਿੱਸਾ ਰਹੋਗੇ ਹਾਂਜੀ ਪੂਰਾ ਬਾਈ ਜੀ ਪਿੰਡ ਵਾਲਿਆਂ ਨੂੰ ਕੀ ਬੇਨਤੀ ਕਰਦੇ ਹੋ ਪਿੰਡ ਨਾਲ ਇਹ ਬਸ ਆਪਦਾ ਭਾਈਚਾਰਾ ਸਾਰੇ ਇੱਕ ਬਣਾ ਕੇ ਰੱਖਣਾ ਲੜਾਈ ਝਗੜਿਆਂ ਦੂਰ ਰਹਿਣ ਤੇ ਸਹਿਯੋਗ ਦੇਣ ਸਰਪੰਚ ਸਾਹਿਬ ਦਾ ਠੀਕ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਵਧੀਆ ਪਿੰਡ ਦਾ ਵਿਕਾਸ ਕਰਨ ਠੀਕ ਹੈ ਧੰਨਵਾਦ ਬਾਈ ਜੀ ਮੇਰੇ ਵੀਰੇ ਕੀ ਹਾਲ ਆ ਠੀਕ ਠਾਕ ਹੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਠੀਕ ਠਾਕ ਜੀ ਬਹੁਤ ਵਧੀਆ ਬਾਈ ਜੀ ਪੂਰਾ ਨਾਮ ਦੱਸੋ ਕੀ ਨਾਮ ਹੈ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਠੀਕ ਹੈ ਜੀ ਬਾਈ ਜੀ ਪਿੰਡ ਪਥਰਾਲਾ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਸੀ ਹਾਂਜੀ ਹਾਂਜੀ ਇਕੱਠ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਪਿੰਡ ਆ ਬਹੁਤ ਵੱਡਾ ਇਕੱਠ ਸੀ ਸਾਰੇ ਨਗਰ ਨੇ ਸੋਚ ਵਿਚਾਰ ਕਰਕੇ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਚੁਣਿਆ ਹਰਵਾਸ ਸਿੰਘ ਜੀ ਦਾ ਹਰਵਾਸ ਸਿੰਘ ਜੀ ਧਰਮ ਪਤਨੀ ਬੀਬੀ ਚਰਨਜੀਤ ਕੌਰ ਬੀਬੀ ਚਰਨਜੀਤ ਕੌਰ ਨੂੰ ਸਰਪੰਚ ਦਾ ਦਾਅਵੇਦਾਰ ਬਣਾਤਾ ਹਾਂਜੀ ਠੀਕ ਹੈ ਤੁਸੀਂ ਜਾਣਦੇ ਹੋ ਬੀਬਾ ਚਰਨਜੀਤ ਕੌਰ ਜੀ ਨੂੰ ਹਾਂਜੀ ਜਾਣਦੇ ਆ ਜੀ ਕਿਹੋ ਜਿਹੇ ਇਨਸਾਨ ਹੈ ਜੀ ਬਹੁਤ ਵਧੀਆ ਇਨਸਾਨ ਹੈ ਜੀ ਠੀਕ ਹੈ ਜੀ ਸਾਡੇ ਹੁਣ ਸਾਨੂੰ ਵੇਦਾ ਨੂੰ ਬਹੁਤ ਸਾਲ 35 ਸਾਲ ਦੀ ਉਮਰ ਹੋ ਗਈ ਮੇਰੀ ਅੱਜ ਤੱਕ ਹਜੇ ਮੈਂ ਕਿਸੇ ਨੂੰ ਇਹਨਾਂ ਨੂੰ ਲੜਦੇ ਝਗੜਦੇ ਨਹੀਂ ਦੇਖਿਆ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਗੱਲ ਇਹ ਕਹਿਣਾ ਜੀ ਮੈਂ ਵੀ ਜਿਵੇਂ ਮੰਦਿਰ ਦੀ ਸੇਵਾ ਕਰਦੇ ਜੀ ਇਸੇ ਤਰ੍ਹਾਂ ਹੀ ਸਾਰੇ ਨਗਰ ਦੀ ਸੇਵਾ ਵੀ ਇਸੇ ਤਰ੍ਹਾਂ ਹੀ ਨਿਭਾਉਂਦੇ ਬਾਈ ਤੁਹਾਨੂੰ ਯਕੀਨ ਆ ਵੀ ਜੇ ਨਾ ਤੁਸੀਂ ਦੱਸਿਆ ਵੀ ਬਾਬੇ ਰਾਮਦੇਵ ਮੰਦਿਰ ਦੇ ਸੇਵਾਦਾਰ ਨੇ ਹਨਾ ਹਾਂਜੀ ਗੁਰੂ ਘਰ ਵੀ ਜਾਂਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਹਾਂਜੀ ਬਾਈ ਜੀ ਜਿਵੇਂ ਮੰਨ ਲਓ ਇੱਕ ਸੇਵਾਦਾਰ ਬਣ ਕੇ ਰਹੇ ਧਰਮ ਦੇ ਵਿੱਚ ਉਵੇਂ ਨਗਰ ਦੇ ਵਿੱਚ ਸੇਵਾਦਾਰ ਬਣ ਕੇ ਰਹਿਣਗੇ ਤੁਹਾਨੂੰ ਯਕੀਨ ਹੈ ਜੀ ਹਾਂ ਜੀ ਕੈਮਰੇ ਦੇ ਵਿੱਚ ਤੁਸੀਂ ਵਿਸ਼ਵਾਸ ਦਿਵਾਉਣੇ ਹੋ ਸਾਰੇ ਪਿੰਡ ਨੂੰ ਹਾਂਜੀ ਹਾਂਜੀ ਸਾਰੇ ਪਿੰਡ ਨੂੰ ਵੀ ਇਹੀ ਵਿਸ਼ਵਾਸ ਦਿਵਾਉਣੇ ਆਪਾਂ ਜੀ ਜਿਹੜੇ ਕੰਮ ਹੋਣਗੇ ਜਿਹੜੇ ਅੱਜ ਤੱਕ ਜਮਾ ਕਿਸੇ ਹੋਏ ਹੀ ਨਹੀਂਗੇ ਉਹ ਹੋਏ ਕੰਮ ਵੀ ਕਰਵਾਉਣਗੇ ਬਾਈ ਜੀ ਨੌਜਵਾਨਾਂ ਦੀ ਮੰਗ ਆ ਵੀ ਸਾਨੂੰ ਖੇਡ ਕਰਾਉਣਾ ਚਾਹੀਦਾ ਬੀਬਾ ਜੀ ਨੇ ਵਾਅਦਾ ਕੀਤਾ ਵੀ ਮੈਂ ਪਹਿਲ ਦੇ ਆਧਾਰ ਤੇ ਖੇਡ ਕਰਾਉਣੀ ਦੇਣਾ ਮੁੰਡਿਆਂ ਨੂੰ ਹਾਂਜੀ ਜ਼ਰੂਰ ਦਵਾਵਾਂਗੇ ਤੁਹਾਨੂੰ ਵਿਸ਼ਵਾਸ ਹੈ ਤੁਸੀਂ ਕਹੋਗੇ ਬੀਬਾ ਜੀ ਨੂੰ ਹਾਂਜੀ ਹਾਂਜੀ ਨਾਲ ਖੜੇ ਜੀ ਇਹਨਾਂ ਨੂੰ ਕਹਿ ਕੋ ਆ ਕੇ ਅਸੀਂ ਜ਼ਰੂਰ ਉਹ ਕਰਾਵਾਂਗੇ ਜੀ ਇਹਨਾਂ ਦਾ ਠੀਕ ਹੈ ਧੰਨਵਾਦ ਜੀ ਹਾਂਜੀ ਵੀਰੇ ਕੀ ਹਾਲ ਹੈ ਵਧੀਆ ਜੀ ਤੁਸੀਂ ਕੀ ਨਾਮ ਆ ਪੂਰਾ ਗੁਰਪਿੰਦਰ ਸਿੰਘ ਜੀ ਗੁਰਪਿੰਦਰ ਸਿੰਘ ਜੀ ਪਿੰਡ ਪਥਰਾਲਾ ਨੇ ਤੁਸੀਂ ਨੌਜਵਾਨ ਚਿਹਰਾ ਹੋ ਹਾਂਜੀ ਨੌਜਵਾਨ ਅੱਜ ਕੱਲ ਦੀ ਪਿੰਡ ਪਥਰਾਲਾ ਨੇ ਬੀਬਾ ਚਰਨਜੀਤ ਕੌਰ ਜੀ ਨੂੰ ਸਰਪੰਚ ਬਣਾਉਣ ਜਾ ਰਿਹਾ ਹਾਂਜੀ ਹਨਾ ਇੱਕ ਵਿਚਾਰ ਕਰਕੇ ਸਰਪੰਚ ਬਣਾਉਣ ਜਾ ਰਹੇ ਆ ਸਾਰੇ ਪਿੰਡ ਦਾ ਇਕੱਠ ਸੀਗਾ ਬੀਬਾ ਜੀ ਕਿਹੋ ਜਿਹਾ ਇਨਸਾਨ ਹੈ ਬਹੁਤ ਵਧੀਆ ਇਨਸਾਨ ਹੈ ਜੀ ਠੀਕ ਹੈ ਜੀ ਤੁਸੀਂ ਜਾਣਦੇ ਹੋ ਪਰਸਨਲ ਤੌਰ ਤੇ ਹਾਂਜੀ ਜਾਣਦੇ ਹਾਂ ਠੀਕ ਹੈ ਜੀ ਕੀ ਮੰਗ ਹੈ ਤੁਹਾਡੀ ਬੀਬਾ ਜੀ ਕੋਲ ਜੀ ਸਰਪੰਚ ਬਣ ਗਰਾਊਂਡ ਦੀ ਮੰਗ ਹੈ ਜੀ ਕਹਿੰਦੇ ਕਿਹੜੇ ਗਰਾਊਂਡ ਦੀ ਹਾਂਜੀ ਪਿੰਡ ਦੇ ਵਿੱਚ ਹੈ ਨਹੀਂ ਪਹਿਲਾਂ ਹੈ ਨਹੀਂ ਜੀ ਠੀਕ ਹੈ ਆਪਣੀ ਨੌਜਵਾਨ ਪੀੜ੍ਹੀ ਹੈ ਜੀ ਬਹੁਤ ਗਲਤ ਜਗ੍ਹਾ ਤੇ ਪੈ ਰਹੀ ਹੈ ਅੱਜ ਕੱਲ੍ਹ ਜੀ ਇਹਨਾਂ ਦਾ ਹੁਣ ਗਰਾਊਂਡ ਨਹੀਂ ਹਿੱਲਾ ਹੋ ਸਕਦਾ ਇਹਨਾਂ ਦੇ ਜੀ ਗਰਾਊਂਡਾਂ ਜੇ ਮੁੰਡੇ ਜੁੜਨਗੇ ਤਾਂ ਹਿੱਲਾ ਹੋ ਜੂਗਾ ਹਾਂਜੀ ਹੋ ਜੂਗਾ ਜੀ ਤੁਸੀਂ ਬੀਬਾ ਜੀ ਤੋਂ ਤੁਹਾਨੂੂੰ ਵਿਸ਼ਵਾਸ ਦਿਵਾਇਆ ਬੀਬਾ ਜੀ ਨੇ ਵੀ ਪਹਿਲੇ ਦੇ ਆਧਾਰ ਤੇ ਮੈਂ ਗਰਾਊਂਡ ਕੱਟ ਕੇ ਦੇਣਾ ਹਾਂਜੀ ਬਹੁਤ ਵਿਸ਼ਵਾਸ ਹੈ ਤੁਹਾਨੂੰ ਯਕੀਨ ਹੈ ਬੀਬਾ ਜੀ ਗਰਾਊਂਡ ਕੱਟ ਕੇ ਦੇਣਗੇ ਹਾਂਜੀ ਬਹੁਤ ਯਕੀਨ ਪਿੰਡ ਵਾਲੇ ਨੌਜਵਾਨ ਵੀਰਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਕਿ ਵੱਧ ਤੋਂ ਵੱਧ ਵੋਟ ਪਾਓ ਜੀ ਇਹਨਾਂ ਨੂੰ ਜੀ ਪੜ੍ਹੇ ਲਿਖੇ ਇਨਸਾਨ ਆ ਸਾਰੇ ਜੀ ਜੀ ਕਿ ਸਾਰਾ ਟੱਬਰ ਉੱਜੇ ਹੋ ਜੇ ਠੀਕ ਹੈ ਜੀ ਤੇ ਪਿੰਡ ਨੂੰ ਅੱਗੇ ਲੈ ਕੇ ਜਾਣਗੇ ਹਾਂਜੀ ਤੁਹਾਨੂੰ ਯਕੀਨ ਆ ਵਿਸ਼ਵਾਸ ਦਿਵਾਇਆ ਵੀ ਖੇਡ ਗਰਾਊਂਡ ਮੁੰਡਿਆਂ ਨੂੰ ਹੋਰ ਕੀ ਅਪੀਲ ਕਰ ਨੌਜਵਾਨ ਚਿਹਰਾ ਨੂੰ ਕੀ ਅਪੀਲ ਕਰਦੇ ਹੋ ਵੀ ਮੁੰਡੇ ਨਾਲ ਮੁੰਡਾ ਲਾ ਕੇ ਚੱਲੋ ਵੀ ਬਈ ਹਾਂਜੀ ਮੁੰਡੇ ਨਾਲ ਮੁੰਡਾ ਲਾ ਕੇ ਚੱਲੋ ਵਧੀਆ ਗੱਲ ਹੋ ਗਈ ਹੈ ਜੀ ਅੱਜ ਕੱਲ੍ਹ ਦੇਖ ਹੀ ਲਓ ਸਰਪੰਚ ਤਾਂ ਬਹੁਤ ਬਣਦੇ ਜੀ ਕਰਕੇ ਕੋਈ ਮੰਗ ਪੂਰੀ ਕਰਦਾ ਜੀ ਇਹ ਵਧੀਆ ਇਨਸਾਨ ਆ ਜੀ ਵਧੀਆ ਠੀਕ ਹੈ ਜੀ ਸਾਰਾ ਕੁਝ ਮੰਗ ਪੂਰੀ ਕਰਨਗੇ ਠੀਕ ਹੈ ਧੰਨਵਾਦ ਜੀ ਮਿਹਰਬਾਨੀ ਬਖਤੌਰ ਸਿੰਘ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਮੈਂ ਦੁਬਾਰੇ ਤੁਹਾਡੇ ਕੋਲੇ ਆ ਗਿਆ ਧੰਨਵਾਦ ਜੀ ਦੋ ਚਾਰ ਗੱਲਾਂ ਤੁਹਾਨੂੰ ਪੁੱਛਣ ਰਹਿਗਾ ਸੀ ਜੋ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੂੰ ਪਤਾ ਲੱਗਣਾ ਚਾਹੀਦਾ ਏਰੀਏ 'ਚ ਪਤਾ ਲੱਗਣਾ ਚਾਹੀਦਾ ਤੁਸੀਂ ਇੱਕ
अपनी जवानी है जी बर्बाद ना कर, नशा दे विच तबाह हो के और घर घर दे विच नशे की लहर चल रही है जो घर के घर तबाह हो जाते पंजाब दे विच। साडे नगर दे विच भी कई नौजवान अपनी जिंदगी नू खो चुके है, इस करके असी उन्हां दे हमदर्द हैं ते असी पहल दे आधार ते ग्राउंड वाला काम करना है जी। ठीक है जी। हाँ। थोड़ा मुद्दे ही मान लो इस स्टार्टिंग ही थोड़ी इतनी होगी शुरुआत, एक वाटर बॉक्स है हाँ जी जो गुरु घर कोल है ओहदा सुधार करना ते दूजा खेड ग्राउंड, दूजा खेड ग्राउंड जी। नौजवान वीरां नू की विश्वास दोणे की कहना चाहुंदे हो स्पेशल? नौजवान वीरां नू बेनती है जी जी कि वध तों वध अपना कीमती वोट दे के चरणजीत कौर नू कामयाब बनाओ ते आपां पिंड नू होर अगे ले जाइए, नशे वाले पासों मुक्त करके आने वाली पीढ़ी नू एक चंगे इंसान बना के पढ़ लिख के नौजवान वीर अफसर बनना ते पिंड दी तरक्की बीबा चरणजीत कौर जी योगदान पाउण जी। चोण निशाना जी? इन्हां दा चोण निशाना जी इंसान दा जिहड़ा किसानां दा पहल दे आधार ते ट्रैक्टर जी। हाँ, ट्रैक्टर ट्रैक्टर चोण निशाना हां जी जो बेल्ट पेपर हो तीजे नंबर ते निशाना होगा, तीजे नंबर ते। ठीक है जी। हां जी ਬਾਈ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਾਂ ਹਾਂਜੀ ਵੀ ਇਹਨਾਂ ਦੇ ਪਰਿਵਾਰ ਬਾਰੇ ਆਏ ਨੇ, ਪਰਿਵਾਰ ਨੇ ਇਹਨਾਂ ਬੀਬਾ ਜੀ ਦੀ ਨੂੰਹ ਨਾਲ ਗੱਲ ਕਰੀ ਹਨਾ ਬੱਚਿਆਂ ਨਾਲ ਗੱਲ ਕਰੀ, ਉਹਨਾਂ ਨੇ ਦੱਸਿਆ ਬਹੁਤ ਚੰਗੇ ਇਨਸਾਨ ਆ ਪੜ੍ਹੇ ਲਿਖੇ ਇਨਸਾਨ ਹੈ ਜੀ, ਤੁਹਾਨੂੰ ਕਿਵੇਂ ਲੱਗਦਾ ਵੀ ਯੋਗ ਇਨਸਾਨ ਰੱਜੇ ਪੁੱਜੇ ਇਨਸਾਨ ਇਹ? ਹਾਂਜੀ ਰੱਜੇ ਪੁੱਜੇ ਇਨਸਾਨ ਹੈ ਜੀ, ਪੜ੍ਹਿਆ ਲਿਖਿਆ ਪਰਿਵਾਰ ਹੈ ਜੀ, ਨੌਹਾਂ ਹੀ ਪੜ੍ਹੀਆਂ ਜੀ, ਪਰਿਵਾਰ ਤੇ ਬਹੁਤ ਵਧੀਆ ਯੋਗਦਾਨ ਹੈ, ਬਹੁਤ ਵਧੀਆ ਘਰ ਦੇ ਵਿੱਚ ਪਿਆਰ ਹੈ ਜੀ ਤੇ ਸਾਰੇ ਆਪਾਂ ਆਪਣੇ ਕੰਮਾਂ ਤੇ ਸੈੱਟ ਹੈ ਜੀ, ਇਹ ਘਰ ਦੇ ਝਗੜੇ ਝਮੇਲਿਆਂ ਵੱਲੋਂ ਘਰ ਦੇ ਕੰਮਾਂ ਕਾਰਾਂ ਵੱਲੋਂ ਫਿਰੀ ਹੈ ਤੇ ਇਹ ਨਗਰ ਦੀ ਸੇਵਾ ਕਰਕੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਨਗਰ ਦੇ ਸੇਵਾਦਾਰ ਬਣ ਕੇ ਰਹਿਣਗੇ ਤੇ ਨਗਰ ਨੂੰ ਅੱਗੇ ਲਿਜਾਣਗੇ। ਠੀਕ ਹੈ ਜੀ। ਤੁਹਾਨੂੰ ਵਿਸ਼ਵਾਸ ਹੈ ਜੀ ਇਸ ਗੱਲ ਦਾ? ਹਾਂਜੀ ਬਹੁਤ ਵਿਸ਼ਵਾਸ ਹੈ ਜੀ, ਵਿਸ਼ਵਾਸ ਕਰਕੇ ਨਾ ਨਾਲ ਜੁੜਿਆ ਜੀ ਸਾਰਾ ਨਗਰ ਬਾਈ ਜੀ। ਤੁਸੀਂ ਮੈਂ ਪਹਿਲਾਂ ਬੋਲਿਆ ਸੀ ਵੀ ਤੁਸੀਂ ਪ੍ਰਮਾਤਮਾ ਦਾ ਭਜਨ ਗਾਇਨ ਕਰਦੇ ਹੋ, ਹਾਂਜੀ ਠੀਕ ਹੈ, ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਵਾਅਦੇ ਸ਼ੂਟ ਹੋ ਰਿਹਾ ਕੈਮਰੇ ਦੇ ਵਿੱਚ? ਹਾਂਜੀ ਹਾਂਜੀ। ਤੇ ਤੁਸੀਂ ਫਿਰ ਆਪਦੇ ਵਾਅਦੇ ਤੋਂ ਪੂਰਾ ਉਤਰੋਗੇ? ਹਾਂਜੀ ਹਾਂਜੀ ਪੂਰਾ ਉਤਰਾਂਗੇ ਜੀ। ਧੰਨਵਾਦ ਬਾਈ ਜੀ। ਅਸੀਂ ਪਹਿਲੇ ਦਿਨ ਅਰਦਾਸ ਬੇਨਤੀ ਕੀਤੀ ਸੀ ਮਾਲਕ ਦੇ ਚਰਨਾਂ ਦੇ ਵਿੱਚ ਜੀ ਤੇ ਅੱਜ ਤੱਕ ਅਸੀਂ ਨਗਰ ਦੇ ਵਿੱਚ ਉਹਦੇ ਤੋਂ ਲੈ ਕੇ ਗੇੜਾ ਲਾ ਰਹੇ ਹਾਂ ਤੇ ਵੱਧ ਤੋਂ ਵੱਧ ਸੰਗਤਾਂ ਦਾ ਸਹਿਯੋਗ ਮਿਲਿਆ ਜੀ। ਜੀ ਹਾਂਜੀ। ਸਾਰਾ ਨਗਰ ਫਿਰ ਇੱਕ ਤੁਹਾਡੇ ਨਾਲ ਹੈਗਾ ਜੀ? ਹਾਂਜੀ। ਧੰਨਵਾਦ ਬਾਈ ਜੀ ਸਾਰਾ। ਹੁਣ ਆਪਣੇ ਨਾਲ ਬੀਬਾ ਚਰਨਜੀਤ ਕੌਰ ਜੀ ਦੇ ਸਪੁੱਤਰ ਬਾਈ ਸੰਦੀਪ ਸਿੰਘ ਜੀ ਹਨ, ਉਹਨਾਂ ਨਾਲ ਗੱਲਬਾਤ ਕਰਦੇ। ਕੀ ਵੀਰੇ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੀਰੇ ਕੀ ਹਾਲ? ਠੀਕ ਠਾਕ ਹੋ? ਹਾਂਜੀ ਵਧੀਆ ਠੀਕ ਠਾਕ ਜੀ। ਵੀਰੇ ਪੂਰਾ ਨਾਮ ਦੱਸੋ ਆਪਣਾ। ਮੇਰਾ ਨਾਮ ਹੈ ਜੀ, ਪੂਰਾ ਨਾਮ ਸੰਦੀਪ ਸਿੰਘ ਜੀ। ਬਾਈ ਜੀ ਪਿੰਡ ਪਥਰਾਲਾ ਬਹੁਤ ਵੱਡਾ ਨਗਰ ਹੈ। ਹਾਂਜੀ ਹਾਂਜੀ। ਤੇ ਪਿੰਡ ਪਥਰਾਲੇ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਗੁਰੂ ਘਰ ਦੇ ਵਿੱਚ ਬੋਲ ਕੇ। ਹਾਂਜੀ ਹਾਂਜੀ। ਉਦੋਂ ਬਾਅਦ ਸਾਰੇ ਪਿੰਡ ਆਇਆ ਉੱਥੇ, ਬੀਬੀਆਂ ਭੈਣਾਂ ਵੀ ਨੌਜਵਾਨ ਚਿਹਰੇ ਬਜ਼ੁਰਗ ਆਏ, ਸਾਰੇ ਬਜ਼ੁਰਗਾਂ ਨੇ ਵਿਚਾਰ ਵਟਾਂਦਰਾ ਕਰਕੇ, ਹਰ ਵਰਗ ਨੇ ਹਰ ਵਰਗ ਦੇ ਉਮਰ ਦੇ ਬੰਦੇ ਨੇ ਵਿਚਾਰ ਵਟਾਂਦਰਾ ਕਰਕੇ ਤੁਹਾਡੀ ਮਾਤਾ ਜੀ ਨੂੰ ਸਰਪੰਚ ਪਦ ਦਾ ਦਾਅਵੇਦਾਰ ਬਣਾਤਾ, ਕਿਵੇਂ ਫੀਲ ਹੁੰਦਾ, ਕਿਵੇਂ ਦੇਖਦੇ ਹੋ? ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ, ਜੀ ਸਾਰੇ ਨਗਰ ਨੇ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਮਾਤਾ ਜੀ ਮੇਰੀ ਮਾਤਾ ਨੂੰ ਚਰਨਜੀਤ ਕੌਰ ਨੂੰ ਜੀ ਪਿੰਡ ਦੇ ਵਿੱਚ ਸਰਪੰਚ ਦੇ ਉਮੀਦਵਾਰ ਲਈ ਉਮੀਦਵਾਰ ਨਿਯੁਕਤ ਕੀਤਾ ਹੈਗਾ। ਮੈਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਤੇ ਸਾਨੂੰ ਪੂਰੀ ਆਸ ਹੈ ਕਿ ਅਸੀਂ ਵੱਡੀ ਲੀਡ ਦੇ ਨਾਲ ਕਾਮਯਾਬੀ ਹਾਸਲ ਕਰਕੇ ਪਿੰਡ ਦੀ ਸੇਵਾ ਦੇ ਲਈ ਹਾਜ਼ਰ ਹੋਵਾਂਗੇ। ਬਾਈ ਜੀ ਤੁਹਾਡੇ ਮਾਤਾ ਜੀ ਨੂੰ ਸਰਪੰਚ ਬਣਾਇਆ, ਬੀਬਾ ਚਰਨਜੀਤ ਕੌਰ ਸਰਪੰਚ ਬਣਾਉਣ ਜਾ ਰਹੇ ਹੋ, ਫਿਰ ਘਰ ਦਾ ਕੰਮ ਕਾਰ ਹੋਣਾ ਨਹੀਂ, ਫਿਰ ਘਰ ਇਹ ਕੰਮ ਕਿਵੇਂ ਕਰੋਗੇ? ਦੇਖੋ ਜੀ ਅਸੀਂ ਤਿੰਨ ਭਰਾ ਜੀ ਜੀ ਅਸੀਂ ਤਿੰਨੇ ਆਪਣੇ ਕਾਰੋਬਾਰ ਤੇ ਵਧੀਆ ਸੈੱਟ ਹੈ। ਠੀਕ ਹੈ ਜੀ। ਸਾਡੇ ਮਾਤਾ ਪਿਤਾ ਪਿੰਡ ਦੀ ਸੇਵਾ ਦੇ ਲਈ ਬਿਲਕੁਲ ਫਰੀ ਹੈ। ਠੀਕ ਹੈ ਜੀ। ਤੇ ਜਿਵੇਂ ਅੱਗੇ ਪੰਚਾਇਤ ਬਣੂਗੀ ਆਪਣੀ ਜੀ, ਚਰਨਜੀਤ ਮਾਤਾ ਚਰਨਜੀਤ ਕੌਰ ਜੀ ਸਰਪੰਚ ਬਣ ਗਏ ਜੀ, ਮੰਮੀ ਡੈਡੀ ਦੋਨੋਂ ਰਲ ਕੇ ਜੀ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਦਾ ਸੁਧਾਰ ਕਰਾਂਗੇ, ਪਿੰਡ ਦੇ ਵਿੱਚ ਜੋ ਵੀ ਅਧੂਰੇ ਕੰਮ ਚੱਲ ਰਹੇ ਆ ਅਧੂਰੇ ਕੰਮ ਹੈਗੇ ਆ ਉਹਨਾਂ ਨੂੰ ਪੂਰਾ ਕਰਾਂਗੇ, ਸਾਰੇ ਕੰਮ ਨੂੰ ਜਿੰਨੇ ਵੀ ਅਸੀਂ ਮੈਨੀਫੈਸਟੋ ਦੇ ਵਿੱਚ ਜੀ ਲਿਖੇ ਹੋਏ ਆ ਉਹਨਾਂ ਨੂੰ ਪੂਰਨ ਤੌਰ ਤੇ ਲਾਗੂ ਕਰਾਂਗੇ। ਬਾਈ ਇੱਕ ਨਾ ਸਰਪੰਚ ਸਾਹਿਬ ਨੇ ਵਾਅਦਾ ਕੀਤਾ ਤੁਹਾਡੇ ਪਰਿਵਾਰ ਨੇ ਵੀ ਪਹਿਲ ਦੇ ਆਧਾਰ ਤੇ ਜੋ ਗੁਰੂ ਘਰ ਵਾਲਾ ਵਾਟਰ ਬਾਕਸ ਆ ਉਹਦਾ ਸੁਧਾਰ ਕਰਨਾ। ਹਾਂਜੀ ਹਾਂਜੀ। ਤੇ ਦੂਜਾ ਨੌਜਵਾਨਾਂ ਨੂੰ ਖੇਡ ਗਰਾਊਂਡ ਕੱਟ ਕੇ ਦੇਣ, ਇਹ ਗੱਲ ਸਹੀ ਹੈ ਜੀ? ਇਹ ਬਿਲਕੁਲ ਸਹੀ ਹੈ ਜੀ, ਅਸੀਂ ਇਲੈਕਸ਼ਨਾਂ ਦੇ ਵਿੱਚ ਉੱਠਣ ਤੋਂ ਪਹਿਲਾਂ ਹੀ ਜੀ ਇਹ ਮੁੱਦੇ ਲਏ ਸੀਗੇ ਵੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਪੁਰਾਣਾ ਵਾਟਰ ਬਾਕਸ ਹੈ ਜਿਹੜਾ ਕਿ ਗੁਰੂ ਘਰ ਦੇ ਕੋਲ ਹੈ ਜੀ, ਉਸਦਾ ਜਿਹੜਾ ਪਾਣੀ ਹੈ ਉਹ ਪਿੰਡ ਦੇ ਵਿੱਚ ਬਹੁਤ ਗੰਦਾ ਪਾਣੀ ਆ ਰਿਹਾ, ਉਸਦਾ ਕੋਈ ਕੰਮ ਨਹੀਂ ਹੋਇਆ ਇਸ ਤੋਂ ਪਹਿਲਾਂ ਪਿਛਲੀਆਂ ਪੰਚਾਇਤਾਂ ਦੇ ਤੌਰ 'ਤੇ ਜੀ, ਅਤੇ ਉਹਨਾਂ ਨੂੰ ਸੁਧਾਰ ਕਰਾਂਗੇ, ਪਿੰਡ ਦੇ ਵਿੱਚ ਸਾਫ਼ ਸੁਥਰਾ ਪਾਣੀ ਦੇਵਾਂਗੇ। ਦੂਸਰੀ ਗੱਲ ਖੇਡ ਗਰਾਊਂਡ ਦੀ, ਸਾਡੇ ਪਿੰਡ ਦੇ ਵਿੱਚ ਕੋਈ ਖੇਡ ਗਰਾਊਂਡ ਨਹੀਂ ਹੈ। ਠੀਕ ਹੈ ਜੀ। ਖੇਡ ਗਰਾਊਂਡ ਵੀ ਪਹਿਲ ਦੇ ਆਧਾਰ 'ਤੇ ਹੀ ਲਵਾਂਗੇ, ਖੇਡ ਗਰਾਊਂਡ ਬਣਾਵਾਂਗੇ ਪਿੰਡ ਦੇ ਵਿੱਚ, ਬਹੁਤ ਵਧੀਆ ਗਰਾਊਂਡ ਬਣਾਵਾਂਗੇ ਤਾਂ ਜੋ
नौजवान पीढ़ी है आने वाले समय की उन्होंने नशे तो भी बचाया जा सके ते नाल नाल सरकारी नौकरी प्राइवेट नौकरी जो भी जिन्नी भी तैयारी होगी उस खेड ग्राउंड दे थ्रू जिम भी फिर पहल दे दफ्ते लेना खेड ग्राउंड दे नाल जिम भी बिच बनाई जाऊगी ठीक है जी जिस नाल के नौजवान जिहड़े छोटे पिंड दे ने कोच है गुरजीत सिंह जी जिन्हां ने फ्री सेवा करके गुरु घर दे विच एक अकैडमी बनाई चढ़दी कला फिटनेस अकैडमी बई फिर जिम्मे चंगे इंसान कोई फीस नहीं लेंदे ओ जे इंसान फिर कोच भी रखोगे उत्थे हाँ जी जरूर सब तो पहला उन्हां नाल ही गल होई सी जी अपनी जी खेड ग्राउंड दे विच जो कोचिंग दा काम है वह उन्होंने सिर ते है गुरजीत सिंह फौजी है जो रिटायर अफसर है गए जी उन्होंने यही सारी कोचिंग देनी है इदू पहला भी फ्री कोचिंग दे के तकरीबन पिंड दे विचों 30-35 पिंड दे उस तो अलावा होर भी बहुत बाहरले पिंडां दे उन्होंने अपनी तैयारी दे नाल तैयारी करवाई है उन्होंने सरकारी नौकरी ते लाया है ठीक है हाँ जी बई नौजवान वीरां नूं भैणां नूं बजुर्गां नूं हर वर्ग नूं की सुनेहा की स्पैशल बेनती करना चाहुंदे आ सारी नगर दी संगत नूं बेनती है कि माता चरणजीत कौर जी नूं सरपंच दे दावेदार बनाओ सरपंच चोणां दे विच भारी लीड दे नाल जिता के पिंड दी सरपंची हथ दिओ इन्हां दे ठीक है जी मम्मी डैडी दोनों इस काम लई सेवा लई पिंड दी सेवा दे लई फ्री है जो भी वादे होए आ सारे तनदेही दे नाल अपनी मेहनत दे नाल सारी पंचायत नूं नाल लैके सारे पिंड दे काम करांगे जी सरपंच साहब पिंड दे विच बड़े हरमन प्यारे हो पिंड वासियों तों पता लग्गिया वी बीबा जी पढ़े लिखे इंसान आ योग आ रज्जे पुज्जे आ ਜੇ ਕਿਸੇ ਨੂੰ ਕਈ ਵਾਰੀ ਬਠਿੰਡੇ ਦੇ ਵਿੱਚ ਕੰਮ ਹੋਇਆ ਤਾਂ ਨਾਲ ਜਰੂਰ ਜਾਵਾਂਗੇ ਹਾਂ ਜੀ ਜੇ ਕੋਈ ਕੰਮ ਹੋਇਆ ਤਾਂ ਨਾਲ ਜਰੂਰ ਜਾਵਾਂਗੇ ਜਾਣਾ ਪਊਗਾ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਹੋਰ ਪਿੰਡ ਵਾਸੀਆਂ ਨੂੰ ਸਪੈਸ਼ਲ ਕੀ ਅਪੀਲ ਕਰਨਾ ਚਾਹੁੰਦੇ ਕੀ ਬੇਨਤੀ ਹੈ ਸਰ ਵਰਗ ਬਸ ਆਹੀ ਬੇਨਤੀ ਹੈ ਜੀ ਵੋਟ ਪਾਉਣ ਆਪਦੀ ਕੀਮਤੀ ਠੀਕ ਹੈ ਜੀ ਸਰਪੰਚ ਬਣਾਉਣ ਜੀ ਠੀਕ ਹੈ ਜੀ ਅਸੀਂ ਸਾਰਾ ਸੇਵਾ ਕਰਾਂਗੇ ਜੀ ਪਿੰਡ ਦੀ 5 ਸਾਲ ਸੇਵਾ ਕਰੂੰਗੇ ਤੁਹਾਨੂੰ ਮਨੋਂ ਤੁਹਾਨੂੰ ਹਾਂ ਜੀ ਮਨੋਂ ਤੁਹਾਨੂੰ ਲਾ ਕੇ ਸਾਰੀ ਸੇਵਾ ਕਰਾਂਗੇ ਠੀਕ ਹੈ ਧੰਨਵਾਦ ਜੀ ਬੜੀ ਮਿਹਰਬਾਨੀ ਧੰਨਵਾਦ ਇਹ ਸੀ ਬੀਬਾ ਚਰਨਜੀਤ ਕੌਰ ਜੀ ਪਿੰਡ ਪਥਰਾਲਾ ਦੀ ਜੋ ਸਰਪੰਚ ਦੇ ਦਾਅਵੇਦਾਰ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਜਿਸ ਦਿਨ ਗੁਰੂ ਘਰ ਦੇ ਵਿੱਚ ਅਨਾਊਂਸਮੈਂਟ ਹੋਈ ਸੀ ਵੀ ਸਰਪੰਚ ਪਦ ਦੇ ਦਾਅਵੇਦਾਰ ਲਈ ਆਪਾਂ ਚੋਣ ਕਰਨੀ ਸਾਰੇ ਨਗਰ ਨੇ ਬਜ਼ੁਰਗਾਂ ਨੇ ਵੀਰਾਂ ਨੇ ਭੈਣਾਂ ਨੇ ਹੋਰ ਮਾਤਾ ਨੇ ਸਾਰਿਆਂ ਨੇ ਇੱਕ ਸੋਚ ਵਿਚਾਰ ਵਟਾਂਦਰਾ ਕਰਕੇ ਨੌਜਵਾਨ ਵੀਰਾਂ ਨੇ ਇੱਕ ਪਰਿਵਾਰ ਚੁਣਿਆ ਹਰਬੰਸ ਸਿੰਘ ਜੀ ਦਾ ਜੋ ਕਿ ਇੱਕ ਬੇਦਾਗ ਚਿਹਰਾ ਨਵਾਂ ਚਿਹਰਾ ਇੱਕ ਸਾਡੇ ਮੰਦਰ ਹੈ ਬਾਬਾ ਰਾਮਦੇਵ ਜੀ ਦਾ ਉਹਨਾਂ ਦੇ ਪ੍ਰਧਾਨ ਨੇ ਇਹ ਕਾਫੀ ਲੰਬੇ ਸਮੇਂ ਤੋਂ ਪ੍ਰਧਾਨ ਜੀ ਸੇਵਾ ਕਰਦੇ ਨੇ ਹਰਬੰਸ ਸਿੰਘ ਜੀ ਸਾਰੇ ਪਿੰਡ ਨੇ ਵਿਚਾਰ ਵਟਾਂਦਰਾ ਕਰਕੇ ਸਾਰੇ ਪਿੰਡ ਦਾ ਇਕੱਠ ਸੀ ਸਾਰਿਆਂ ਨੇ ਉਮੀਦ ਲਾ ਕੇ ਬੀਬਾ ਚਰਨਜੀਤ ਕੌਰ ਜੋ ਪ੍ਰਧਾਨ ਹਰਬੰਸ ਸਿੰਘ ਜੀ ਆ ਬਾਬੇ ਰਾਮਦੇਵ ਮੰਦਰ ਦੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀ ਧਰਮ ਪਤਨੀ ਬੀਬਾ ਚਰਨਜੀਤ ਕੌਰ ਜੀ ਨੂੰ ਬੀਬਾ ਚਰਨਜੀਤ ਕੌਰ ਜੀ ਨੂੰ ਸਰਪੰਚ ਪਦ ਦਾ ਦਾਅਵੇਦਾਰ ਬਣਾਤਾ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਆ ਬੀਬਾ ਜੀ ਨਾਲ ਗੱਲਬਾਤ ਕੀਤੀ ਆ ਪਰਿਵਾਰ ਨਾਲ ਗੱਲਬਾਤ ਕੀਤੀ ਆ ਸਾਰਿਆਂ ਨੇ ਆਪਾਂ ਨੂੰ ਦੱਸਿਆ ਬੀਬਾ ਜੀ ਰੱਜੇ ਪੁੱਜੇ ਇਨਸਾਨ ਨੇ ਬੀਬਾ ਜੀ ਦੇ 3 ਬੇਟੇ ਨੇ ਇੱਕ ਮੁੰਡਾ ਮੁਲਾਜ਼ਮ ਹੈ ਦੋ ਬੱਚੇ ਜਿਹੜੇ ਉਹ ਦੋਨੇ ਮੁੰਡੇ ਆਪਣੇ ਆਪਣੇ ਕਾਰੋਬਾਰ 'ਤੇ ਸੈੱਟ ਨੇ ਕਿਸੇ ਚੀਜ਼ ਦੀ ਭੁੱਖ ਨਹੀਂ ਘਰ ਬਾਰ ਸੈੱਟ ਹੈ ਤਿੰਨਾਂ ਹੀ ਮੁੰਡਿਆਂ ਕੋਲ ਗੱਡੀਆਂ ਸਾਰਾ ਕੁਝ ਸਹੀ ਹੈ ਪਰਿਵਾਰ ਨੇ ਬੀਬਾ ਜੀ ਦੇ ਨੂੰਹਾਂ ਨੇ ਦੱਸਿਆ ਵੀ ਬੀਬਾ ਜੀ ਬਹੁਤ ਚੰਗੇ ਇਨਸਾਨ ਨੇ ਪੜ੍ਹੇ ਲਿਖੇ ਆ ਯੋਗ ਹੈ ਪਰਿਵਾਰ ਘਰ ਵੱਲੋਂ ਫਰੀ ਨੇ ਅਤੇ ਸਿਰਫ ਦੋਨੇ ਜੀ ਹਰਬੰਸ ਸਿੰਘ ਜੀ ਉਹਨਾਂ ਦੀ ਪਤਨੀ ਸਰਪੰਚ ਚਰਨਜੀਤ ਕੌਰ ਜੀ ਪਿੰਡ ਦੀ ਸੇਵਾ ਲਈ ਹਾਜ਼ਰ ਨਾਜ਼ਰ ਨੇ ਰਾਤ ਦਿਨ ਰਾਤ ਕਰਕੇ ਪਿੰਡ ਦਾ ਵਿਕਾਸ ਕਰਨਗੇ ਮੈਂ ਆਸ ਕਰਦਾ ਪਿੰਡ ਵਾਸੀਆਂ ਨੂੰ ਮੇਰੀ ਸਪੈਸ਼ਲ ਬੇਨਤੀ ਹੈ ਵੀ ਹਰਬੰਸ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਹੈ ਬੀਬੀ ਚਰਨਜੀਤ ਕੌਰ ਜੀ ਇੱਕ ਬੇਦਾਗ ਚਿਹਰਾ ਨਰਮ ਪਰਿਵਾਰ ਹੈ ਪੜ੍ਹਿਆ ਲਿਖਿਆ ਪਰਿਵਾਰ ਹੈ ਰੱਜਾ ਪੁੱਜਾ ਪਰਿਵਾਰ ਹੈ ਮੇਰੀ ਕੈਮਰੇ ਦੇ ਵਿੱਚ ਬੇਨਤੀ ਆ ਸਾਰੀ ਸੰਗਤ ਨੂੰ ਹਰ ਵਰਗ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਮਾਤਾ ਨੂੰ ਬਜ਼ੁਰਗਾਂ ਨੂੰ ਹਰ ਇਨਸਾਨ ਨੂੰ ਬੇਨਤੀ ਹੈ ਪਿੰਡ ਪਥਰਾਲੇ ਨੂੰ ਕਿ ਤੁਸੀਂ ਬੀਬਾ ਚਰਨਜੀਤ ਕੌਰ ਜੀ ਨੂੰ ਸਰਪੰਚ ਬਣਾਓ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਬੈਲਟ ਪੇਪਰ 'ਤੇ 3 ਨੰਬਰ 'ਤੇ ਆ ਖਾਸ ਕਰਕੇ ਖਿਆਲ ਰੱਖਣਾ ਵੀ 3 ਨੰਬਰ 'ਤੇ ਆ ਜੋ ਬੈਲਟ ਪੇਪਰ 'ਤੇ ਜਿਸ ਫੋਟੋ ਦੇ 3 ਨੰਬਰ 'ਤੇ ਬੀਬਾ ਜੀ ਦਾ ਨਾਮ ਲਿਖੋ ਚਰਨਜੀਤ ਕੌਰ ਬਰਾਬਰ ਟਰੈਕਟਰ ਦੀ ਫੋਟੋ ਟਰੈਕਟਰ ਦੇ ਉੱਤੇ ਸਲੈਂਸਰ ਲੱਗਿਆ ਹੋਇਆ ਖਾਸ ਖਿਆਲ ਰੱਖਣਾ ਮੇਰੀ ਬੇਨਤੀ ਹੈ ਮੈਂ ਵਿਸ਼ਵਾਸ ਕਰਦਾ ਪਿੰਡ ਪਥਰਾਲਾ ਵਾਸੀ ਹਰ ਵਰਗ ਨੌਜਵਾਨ ਬਜ਼ੁਰਗ ਭੈਣਾਂ ਮਾਤਾ ਬੀਬਾ ਚਰਨਜੀਤ ਕੌਰ ਜੀ ਨੂੰ ਸਰਪੰਚ ਬਣਾਉਣਗੇ ਸਰਪੰਚ ਬਣਨ ਤੋਂ ਬਾਅਦ ਪਿੰਡ ਪਥਰਾਲੇ ਨੂੰ ਅੱਗੇ ਵਿਕਾਸ ਵੱਲ ਲੈ ਕੇ ਜਾਣਗੇ ਬੀਬਾ ਜੀ ਨੇ ਵਿਸ਼ਵਾਸ ਦਿਵਾਇਆ ਵੀ ਮੈਂ ਪਿੰਡ ਦੇ ਵਿੱਚ ਸਿਰਫ ਸਰਪੰਚ ਬਣ ਕੇ ਰਹਿਣਾ ਸਿਰਫ ਸੇਵਾਦਾਰ ਬਣ ਕੇ ਰਹਿਣਾ ਸਰਪੰਚ ਨਹੀਂ ਸਰਪੰਚ ਬਣਾਓ ਪਿੰਡ ਦਾ ਵਿਕਾਸ ਕਰੋ ਬੀਬਾ ਜੀ ਨੇ ਪਹਿਲ ਦੇ ਆਧਾਰ 'ਤੇ ਵਾਅਦਾ ਕੀਤਾ ਜੋ ਗੁਰੂ ਘਰ ਕੋਲ ਪੁਰਾਣਾ ਵਾਟਰ ਵਰਕਸ ਉਸ ਦਾ ਸੁਧਾਰ ਕਰਨਾ
ਦੂਜਾ ਜਿਹੜਾ ਵਾਅਦਾ ਇਹ ਆ ਵੀ ਇੱਕੇ ਦਿਨ ਦੋ ਮਤੇ ਪੈ ਜਾਣਗੇ ਇੱਕ ਖੇਡ ਗਰਾਊਂਡ ਦਾ ਜੋ ਪਿੰਡ ਪਥਰਾਲਾ ਦੇ ਵਿੱਚ ਨਹੀਂ ਇਹ ਇੱਕੇ ਦਿਨ ਸਰਪੰਚ ਬਣਨ ਤੋਂ ਬਾਅਦ ਜਦੋਂ ਸਹੁੰ ਚੁੱਕ ਲਈ ਉਦੋਂ ਪੰਜ ਚਾਰ ਘੰਟਿਆਂ ਬਾਅਦ ਹੀ ਆਪਣੇ ਵਾਟਰ ਵਰਕਸ ਦਾ ਕੰਮ ਚਾਲੂ ਕਰ ਦੇਣਗੇ ਅਤੇ ਖੇਡ ਗਰਾਊਂਡ ਦਾ ਮਤਾ ਪਾ ਕੇ ਕਿਤੇ ਵੀ ਜ਼ਮੀਨ ਯੋਗ ਥਾਂ ਵੇਖ ਕੇ ਪਿੰਡ ਦੇ ਨੇੜੇ ਉੱਥੇ ਖੇਡ ਗਰਾਊਂਡ ਬਣਾ ਦਿੱਤਾ ਜਾਵੇਗਾ। ਠੀਕ ਹੈ ਜੀ, ਬੀਬਾ ਜੀ ਨੂੰ ਮੇਰੀ ਬੇਨਤੀ ਹੈ ਬੀਬਾ ਜੀ ਨੂੰ ਵੱਧ ਤੋਂ ਵੱਧ ਚਰਨਜੀਤ ਕੌਰ ਜੀ ਨੂੰ ਟਰੈਕਟਰ ਦੇ ਮੋਹਰਾ ਲਾ ਕੇ ਤੁਸੀਂ ਵੋਟ ਪਾ ਕੇ ਕਾਮਯਾਬ ਕਰੋ ਅਤੇ ਸਰਪੰਚ ਬਣਾਓ ਤਾਂ ਕਿ ਪਿੰਡ ਪਥਰਾਲੇ ਦਾ ਵਿਕਾਸ ਹੋ ਸਕੇ। ਕੈਮਰਾਮੈਨ ਖੁਸ਼ਦੀਪ ਸਿੰਘ ਪਥਰਾਲੇ ਦੇ ਨਾਲ, ਡਾਕਟਰ ਨਿਰਮਲ ਸਿੰਘ ਪਥਰਾਲੇ ਦੀ ਰਿਪੋਰਟ। ਧੰਨਵਾਦ ਜੀ।